ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਖਾਸ ਸ਼ੋਅ। ਇਹ ਸ਼ੋਅ ਇਸ ਕਰਕੇ ਅਸੀਂ ਹਮੇਸ਼ਾ ਖਾਸ ਵਰਡ ਨੂੰ ਯੂਜ਼ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਸਟੂਡੈਂਟ ਦਾ ਡ੍ਰੀਮ ਹੈਗਾ ਅਬਰੋਡ ਜਾਣ ਦਾ। ਉਹਦੇ ਲਈ ਉਹਨੂੰ ਪੂਰੀ ਜਿਹੜੀ ਆ ਇਨਫੋਰਮੇਸ਼ਨ ਵੀ ਚਾਹੀਦੀ ਹੁੰਦੀ ਆ, ਉਹਦੀਆਂ ਜਿਹੜੀ ਕਨਫਿਊਜ਼ਨ ਨੂੰ ਦੂਰ ਕਰੇ, ਉਹਦੀਆਂ ਪ੍ਰੋਬਲਮਸ ਨੂੰ ਦੂਰ ਕਰੇ। ਸੋ ਸਾਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਇਸ ਸ਼ੋਅ ਦੇ ਜ਼ਰੀਏ ਜਿਹੜੀ ਆ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅਤੇ ਅਸੀਂ ਹਮੇਸ਼ਾ ਸੱਦਾ ਦਿੰਦੇ ਹਾਂ ਸਟੱਡੀ ਵੀਜ਼ਾ ਐਕਸਪਰਟ ਨੂੰ ਤਾਂ ਕਿ ਘਰ ਬੈਠੇ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਆ ਉਹ ਮਿਲ ਸਕੇ। ਅਤੇ ਅੱਜ ਸਾਡੇ ਨਾਲ ਸਾਡੇ ਸ਼ੋਅ ਦੇ ਵਿੱਚ ਹੋਣਗੇ ਐਜੂਕੇਸ਼ਨ ਅਬਰੋਡ ਤੋਂ ਮਿਸਟਰ ਜਤਿੰਦਰ ਸਿੰਘ ਜੀ, ਜੋ ਕਿ ਹਮੇਸ਼ਾ ਹੀ ਆਪਣਾ ਟਾਈਮ ਕੱਢ ਕੇ ਸਾਡੇ ਸ਼ੋਅ ਦੇ ਵਿੱਚ ਸਪੈਸ਼ਲੀ ਆਉਂਦੇ ਨੇ ਤੁਹਾਡੇ ਲਈ, ਤਾਂ ਕਿ ਪ੍ਰੋਪਰ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਡਿਟੇਲ ਦੇ ਵਿੱਚ ਜਿਹੜੀ ਆ ਉਹ ਪ੍ਰੋਵਾਈਡ ਕਰਵਾਈ ਜਾ ਸਕੇ। ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਖਾਸ ਕੰਟਰੀਜ਼ ਹੋਣਗੀਆਂ ਅੱਜ ਦੀਆਂ, ਕੈਨੇਡਾ, UK ਅਤੇ ਆਸਟ੍ਰੇਲੀਆ, ਇਹਨਾਂ ਨੂੰ ਲੈ ਕੇ ਖਾਸ ਇਨਫੋਰਮੇਸ਼ਨ ਹੋਣ ਵਾਲੀ ਹੈ ਜੀ। ਤੁਸੀਂ ਧਿਆਨ ਦੇ ਨਾਲ ਸ਼ੋਅ ਸੁਣਨਾ ਕਿਉਂਕਿ ਸਾਡਾ ਮਕਸਦ ਜਿਹੜਾ ਹੈ ਉਹ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਹੈ। ਅੱਗੇ ਤੁਹਾਡਾ ਕੰਮ ਸ਼ੁਰੂ ਹੋ ਜਾਂਦਾ ਹੈ ਆਪਣੇ ਡ੍ਰੀਮ ਨੂੰ ਸਕਸੈਸ ਕਰਨ ਦੇ ਲਈ, ਕਿ ਕਾਲਸ ਤੁਸੀਂ ਕਰਨੀਆਂ ਨੇ, ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ। ਸੋ ਵੈਲਕਮ ਕਰਦੇ ਹਾਂ, ਵੈਲਕਮ, ਧੰਨਵਾਦ। ਸੋ ਸਰ, ਆਪਾਂ ਸਭ ਤੋਂ ਪਹਿਲਾਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ। ਕੈਨੇਡਾ ਸਟੂਡੈਂਟ ਜਾਣਾ ਚਾਹੁੰਦਾ ਹੈ, ਰਿਜ਼ਲਟਸ ਆ ਚੁੱਕੇ ਨੇ, ਹੁਣ ਕੈਨੇਡਾ ਜਾਣ ਦੇ ਲਈ ਕੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਸਟੂਡੈਂਟ ਨੂੰ ਪ੍ਰੋਵਾਈਡ ਕਰਵਾਓਗੇ, ਅਤੇ ਕਿਹੜੀਆਂ ਕਿਹੜੀਆਂ ਸਰਵਿਸਿਜ਼ ਜਿਹੜੀਆਂ, ਕਿਉਂਕਿ ਬਹੁਤ ਸਾਰੀ ਆਪਾਂ ਦੇਖੀਏ ਤਾਂ ਕੰਪਨੀਜ਼ ਹੈਗੀਆਂ ਨੇ, ਸਟੂਡੈਂਟ ਵੀ ਕਨਫਿਊਜ਼ ਹੋਇਆ ਪਿਆ ਹੈ ਕਿ ਕਿੱਥੇ ਜਾਈਏ, ਕਿਹਨਾਂ ਦੇ ਕੋਲ ਜਾਈਏ। ਹਰ ਵੱਲੋਂ ਦਾਅਵੇਵਾਦੇ ਬਹੁਤ ਕੀਤੇ ਜਾਂਦੇ ਨੇ, ਪਰ ਐਜੂਕੇਸ਼ਨ ਐਬਰੋਡ ਦੇ ਕੋਲ ਜੇਕਰ ਸਟੂਡੈਂਟ ਨੇ ਆਉਣਾ ਹੈਗਾ ਤਾਂ ਕੀ ਉਹਨਾਂ ਨੂੰ ਖਾਸ ਜਿਹੜੀਆਂ ਸਰਵਿਸਿਜ਼ ਜਿਹੜੀਆਂ ਉਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ? ਮੈਮ, ਜੇ ਆਪਾਂ ਗੱਲ ਕਰੀਏ ਸਰਵਿਸਿਜ਼ ਨੂੰ ਲੈ ਕੇ, ਐਜੂਕੇਸ਼ਨ ਅਬਰੋਡ ਕੰਸਲਟੈਂਟਸ ਦੀ ਟੀਮ ਵੱਲੋਂ ਇੱਕ ਬੱਚੇ ਨੂੰ ਪ੍ਰੀ ਟੂ ਪੋਸਟ ਲੈਂਡਿੰਗ ਤੱਕ ਦੀ ਹਰੇਕ ਸਰਵਿਸ ਦਿੱਤੀ ਜਾਂਦੀ ਹੈ, ਚਾਹੇ ਬੱਚਾ ਪਹਿਲੇ ਦਿਨ ਤੋਂ ਜਦੋਂ ਬੱਚਾ ਅਨਰੋਲਮੈਂਟ ਕਰਾਉਣ ਸਾਡੇ ਕੋਲ ਆਉਂਦਾ ਉਦੋਂ ਤੋਂ ਲੈ ਕੇ ਜਦੋਂ ਤੱਕ ਬੱਚੇ ਦੀ ਫਲਾਈਟ ਨਹੀਂ ਹੋ ਜਾਂਦੀ, ਕਾਲਜ 'ਚ ਓਰੀਐਂਟੇਸ਼ਨ ਨਹੀਂ ਹੋ ਜਾਂਦੀ, ਉਦੋਂ ਤੱਕ ਜਿੰਨੀਆਂ ਵੀ ਸਰਵਿਸਿਜ਼ ਨੇ ਸਾਡੇ ਵੱਲੋਂ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਬੱਚੇ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਨਾਲ ਦੀ ਨਾਲ ਮੈਂ ਖਾਸ ਗੱਲ ਬੱਚਿਆਂ ਨੂੰ ਦੱਸਣਾ ਚਾਹੂੰਗਾ, ਜਿਹੜੇ ਬੱਚੇ ਪਲੱਸ ਟੂ ਪਾਸ ਆਊਟ ਹੋ ਚੁੱਕੇ ਨੇ, ਚੰਗੇ ਰਿਜ਼ਲਟ ਜਿਹੜੇ ਬੱਚਿਆਂ ਦੇ ਆਏ ਨੇ, ਘੱਟੋ ਘੱਟ ਪਰਸੈਂਟੇਜ ਤੁਹਾਡੀ ਜੇਕਰ 60% ਹੈਗੀ ਹੈ, ਬੈਂਡ ਦੀ ਤੁਸੀਂ ਤਿਆਰੀ ਕਰ ਰਹੇ ਹੋ, ਆਇਲਸ ਦੀ ਤਿਆਰੀ ਕਰ ਰਹੇ ਹੋ, ਕਾਫੀ ਇੱਦਾਂ ਦੇ ਬੱਚੇ ਜਿਨ੍ਹਾਂ ਰਿਜ਼ਲਟ ਆਉਣ ਦੇ ਟਾਈਮ ਵਿੱਚ ਆਇਲਸ ਕੰਪਲੀਟ ਵੀ ਕਰ ਲਿਆ, ਜਿਨ੍ਹਾਂ ਬੱਚਿਆਂ ਦੇ ਓਵਰਆਲ 6 ਬੈਂਡ ਹੈਗੇ ਨੇ, ਈਚ ਮੋਡਿਊਲ ਦੇ ਵਿੱਚ ਨੋਟ ਲੈਸ ਦੈਨ 6 ਬੈਂਡ ਹੈਗੇ ਨੇ, ਉਹ ਬੱਚੇ ਈਜ਼ਲੀ ਜਿਹੜਾ ਹੈਗਾ ਕੈਨੇਡਾ ਵਿੱਚ ਅਪਲਾਈ ਕਰ ਸਕਦੇ ਨੇ ਅੰਡਰ SDS ਕੈਟਾਗਰੀ ਦੇ ਵਿੱਚ। ਇਸ ਤੋਂ ਇਲਾਵਾ ਕੁਝ ਬੱਚੇ ਉਹ ਆਉਂਦੇ ਨੇ ਜਿਨ੍ਹਾਂ ਦੀ ਪਰਸੈਂਟੇਜ 60 ਹੈਗੀ ਆ, 60 ਤੋਂ ਅਬਵ ਵੀ ਹੈਗੀ ਹੈ, ਪਰ ਕਿਤੇ ਨਾ ਕਿਤੇ ਆਇਲਸ ਜਿਹੜਾ ਸਕੋਰ ਹੈ ਕਿਤੇ ਨਾ ਕਿਤੇ ਈਚ ਜਿਹੜਾ 6 ਨਹੀਂ ਹੈਗਾ, ਓਵਰਆਲ 6 ਹੈਗੇ ਨੇ, ਇੱਕ ਮੋਡਿਊਲ 'ਚ 5.5 ਬੈਂਡ ਨੇ, ਉਹ ਵੀ ਬੱਚੇ ਨੋਨ SDS ਕੈਟਾਗਰੀ ਵਿੱਚ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਨੇ। ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਜਿਹੜੇ ਬੱਚੇ SDS ਦੇ ਅੰਡਰ ਜਾਣਾ ਚਾਹੁੰਦੇ ਨੇ, ਬੱਚਿਆਂ ਨੂੰ ਕਨਫਿਊਜ਼ਨ ਇਹ ਰਹਿੰਦੀ ਹੈ ਕਿ ਸਰ ਨੋਨ SDS ਦੇ ਵਿੱਚ ਰੂਲਸ ਕੀ ਨੇ, SDS ਦੇ ਵਿੱਚ ਰੂਲਸ ਕੀ ਨੇ। ਕੋਈ ਵੀ ਬੱਚਾ ਜਿਹਦੀ ਪਰਸੈਂਟੇਜ 60 ਹੈਗੀ ਹੈ, ਬੈਂਡ ਨੋਟ ਲੈਸ ਦੈਨ 6 ਹੈਗੇ ਨੇ, ਓਵਰਆਲ ਵੀ 6 ਹੈਗੇ ਨੇ, ਤਾਂ ਉਹ ਬੱਚੇ ਈਜ਼ਲੀ ਜਿਹੜਾ ਹੈਗਾ SDS ਵਿੱਚ ਅਪਲਾਈ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਤਰੀਕੇ ਦੇ ਕੋਈ ਫੰਡ ਸ਼ੋਅ ਕਰਨ ਦੀ ਲੋੜ ਨਹੀਂ, ਕੋਈ ਪੁਰਾਣੀ ਸਟੇਟਮੈਂਟਸ ਦਿਖਾਉਣ ਦੀ ਲੋੜ ਨਹੀਂ, ਤੁਸੀਂ ਸਿਰਫ ਔਰ ਸਿਰਫ $10,000 ਦਾ ਜਿਹੜਾ GIC ਉਹ ਪੇ ਕਰਨਾ, ਨਾਲ ਦੀ ਨਾਲ 1 ਸਾਲ ਦੀ ਤੁਹਾਡੀ ਜਿਹੜੀ ਕਾਲਜ ਫੀਸ ਆ ਤੁਸੀਂ ਉਹ ਪੇ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਅੰਬੈਸੀ ਫੀਸ ਪੇ ਕਰਕੇ ਆਪਣੀ ਜਿਹੜੀ ਸਟੱਡੀ ਵੀਜ਼ਾ ਦੀ ਫਾਈਲਿੰਗ ਹੈ ਉਹ ਕਰ ਸਕਦੇ। ਉਸ ਤੋਂ ਬਾਅਦ ਸਿਰਫ ਆਪਣਾ ਰਿਜ਼ਲਟ ਪੈਂਡਿੰਗ ਰਹਿ ਜਾਂਦਾ। ਦੂਜੇ ਪਾਸੇ ਉਹ ਬੱਚੇ ਹੁੰਦੇ ਨੇ ਕਿ ਜਿਨ੍ਹਾਂ ਦਾ ਨੋਨ SDS ਕੈਟਾਗਰੀ ਹੈ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਾਕੂਮੈਂਟਸ ਥੋੜ੍ਹੇ ਜਿਹਾ ਐਕਸਟਰਾ ਲੱਗਦੇ ਨੇ, ਬੱਚਾ SOP ਐਡ ਕਰ ਸਕਦਾ ਜਾਂ ਬੱਚਾ ਫੰਡਸ ਐਡ ਕਰ ਸਕਦਾ, ਬੱਚਾ ਆਪਣੀ ਫੈਮਲੀ ਦੀ ਇਨਕਮ ਐਡ ਕਰ ਸਕਦਾ, ਉਹ 'ਚ ਕਾਫੀ ਚੀਜ਼ਾਂ ਜਿਹੜੀਆਂ ਐਡ ਹੋ ਸਕਦੀਆਂ ਨੇ ਬੱਚੇ ਦੀਆਂ। ਉਹਦੇ ਵਿੱਚ ਬੱਚੇ ਦੇ ਜੇਕਰ ਬੈਂਡ 5.5 ਨੇ ਜਾਂ ਬੈਂਡ 6 ਨੇ ਜਾਂ ਓਵਰਆਲ 6 ਨੇ, 1 ਜਾਂ 2 ਮੋਡਿਊਲ 'ਚ 5.5 ਨੇ, ਤਾਂ ਉਹ ਬੱਚੇ ਜ਼ਰੂਰ ਨਹੀਂ ਕਿ ਉਹਨੂੰ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨ ਮਿਲੂਗਾ, ਉਹਨਾਂ ਨੂੰ ਗੌਰਮੈਂਟ ਕਾਲਜ ਵਿੱਚ ਐਡਮਿਸ਼ਨ ਮਿਲ ਸਕਦਾ, ਪਬਲਿਕ ਕਾਲਜ ਵਿੱਚ ਐਡਮਿਸ਼ਨ ਮਿਲ ਸਕਦਾ। ਤੇ ਜਿੰਨਾ ਕਾਲਜਸ ਨੂੰ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਹਿਸਾਬ ਨਾਲ ਕਾਲਜ SDS ਜਾਂ ਨੋਨ SDS ਹੁੰਦੇ ਨੇ। ਇੱਥੇ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਕਾਲਜ ਕੋਈ ਵੀ ਨੋਨ SDS ਜਾਂ SDS ਨਹੀਂ ਹੈਗਾ, ਹਰੇਕ ਕਾਲਜ ਦੇ ਕੋਲ DLI ਨੰਬਰ ਹੈਗਾ, ਡੈਜੀਗਨੇਸ਼ਨ ਲਰਨਿੰਗ ਇੰਸਟੀਟਿਊਟ ਦਾ ਨੰਬਰ ਹੈਗਾ, ਉਹ ਕਾਲਜ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਸ਼ਨ ਦੇ ਸਕਦਾ, ਆਪਣੇ ਉੱਥੇ ਪੜ੍ਹਾਈ ਕਰਵਾ ਸਕਦਾ, ਆਫਰ ਲੈਟਰਸ LOA ਇਸ਼ੂ ਕਰ ਸਕਦਾ। ਇਸ ਕਰਕੇ ਕੋਈ ਵੀ ਕਾਲਜ SDS ਜਾਂ ਨੋਨ SDS ਨਹੀਂ ਹੈਗਾ, ਤੁਸੀਂ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਦੇ ਅਕੋਰਡਿੰਗ ਤੁਸੀਂ ਫਾਲ ਕਰਦੇ ਹੋ ਅੰਡਰ, ਚਾਹੇ SDS ਕੈਟਾਗਰੀ ਹੈ ਚਾਹੇ ਨੋਨ SDS ਕੈਟਾਗਰੀ ਹੈ। ਸਕਸੈਸ ਰੇਟ ਨੂੰ ਲੈ ਕੇ ਤਾਂ ਮੈਂ ਖਾਸ ਗੱਲ ਦੱਸੂਗਾ ਕਿ ਚਾਹੇ ਬੱਚਾ ਨੋਨ SDS ਜਾ ਰਿਹਾ ਚਾਹੇ SDS ਜਾ ਰਿਹਾ, ਬੱਚੇ ਦੀ ਪਰਸੈਂਟੇਜ ਜੇਕਰ ਵਧੀਆ ਹੈਗੀ ਤਾਂ ਜਿਹੜਾ ਸਕਸੈਸ ਰੇਟ ਓਵਰਆਲ ਬੱਚੇ ਨੂੰ ਅੱਜ ਦੀ ਡੇਟ ਦੇ 90-95% ਸਕਸੈਸ ਰੇਟ ਚੱਲ ਰਿਹਾ ਕੈਨੇਡਾ ਦੇ ਵਿੱਚ। ਸੋ ਬਿਲਕੁਲ ਜੀ, ਅੱਗੇ ਤੁਹਾਡੀ ਪ੍ਰੋਫਾਈਲ 'ਤੇ ਮੈਟਰ ਕਰਦਾ ਕਿ ਤੁਹਾਡੀ ਐਲੀਜੀਬਿਲਟੀ ਕਿੱਥੇ ਮੈਚ ਕਰਦੀ ਆ। ਉਹਦੇ ਲਈ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜਿਹੜੇ ਨੇ ਪਹੁੰਚਣਾ ਹੈਗਾ ਆਫਿਸ ਦੇ ਵਿੱਚ ਐਜੂਕੇਸ਼ਨ ਐਬਰੋਡ ਦੇ, ਜੋ ਕਿ ਮੋਹਾਲੀ ਦੇ ਵਿੱਚ ਹੈ। ਬਾਕੀ ਪ੍ਰੋਪਰ ਐਡਰੈਸ ਜਿਹੜਾ ਹੈ ਉਹ ਵੀ ਫਲੈਸ਼ ਹੋ ਰਿਹਾ, ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਜਿਹੜਾ ਪ੍ਰੋਪਰ ਐਡਰੈਸ ਲੈ ਲਓ। ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਤੁਸੀਂ ਵਿਜ਼ਿਟ ਕਰੋ
ਤੇ ਬੱਚੇ ਦਾ ਪ੍ਰੋਫਾਈਲ ਕੀ ਹੋਣਾ ਚਾਹੀਦਾ ਸਕਾਲਰਸ਼ਿਪ? ਜਿਹੜੇ ਬੱਚਿਆਂ ਦੀ ਜਿਹੜੀ ਪਰਸੈਂਟੇਜ ਹੈ ਘੱਟੋ ਘੱਟ 60 ਤੋਂ ਅਬਵ ਹੈਗੀ ਹੈ, 70 ਹੈਗੀ, 75% ਹੈਗੀ, 80% ਹੈਗੀ, ਓਵਰਆਲ ਬੈਂਡ ਸਕੋਰ 6 ਹੈਗੇ ਨੇ, ਚਾਹੇ ਉਹ ਬੱਚਾ ਆਸਟ੍ਰੇਲੀਆ ਅਪਲਾਈ ਕਰ ਰਿਹਾ, ਚਾਹੇ ਕੈਨੇਡਾ ਅਪਲਾਈ ਕਰ ਰਿਹਾ, ਚਾਹੇ ਉਹ ਬੱਚਾ ਯੂਕੇ ਅਪਲਾਈ ਕਰ ਰਿਹਾ, ਕੈਨੇਡਾ ਆਸਟ੍ਰੇਲੀਆ ਜਿਹੜਾ ਬੱਚਾ ਅਪਲਾਈ ਕਰਨਾ ਚਾਹੁੰਦੀ ਆ, ਪਰਸੈਂਟੇਜ ਜੇਕਰ ਉਹਦੀ 65 ਤੋਂ ਅਬਵ ਹੈਗੀ ਤਾਂ ਸਕਾਲਰਸ਼ਿਪ ਅਵੇਲੇਬਲ ਨੇ। ਉਹਦੇ ਵਿੱਚ ਸਕਾਲਰਸ਼ਿਪ ਦੀ ਗੱਲ ਕਰੀਏ $1,000, $2,000, $3,000, $3,000 ਤੇ $3,000 ਤੋਂ ਆਸਟ੍ਰੇਲੀਆ ਦੇ ਵਿੱਚ। ਇਸ ਤੋਂ ਇਲਾਵਾ ਮੈਂ ਇੱਥੇ ਜਿਹੜੀ ਯੂਕੇ ਦੀ ਗੱਲ ਕਰਨਾ ਚਾਹੂੰਗਾ ਕਿ ਜਿਹੜੇ ਬੱਚਿਆਂ ਨੇ ਆਇਲਸ ਚਾਹੇ ਨਹੀਂ ਵੀ ਕੀਤੀ ਹੋਈ, ਪਲੱਸ ਟੂ ਪਾਸ ਆਊਟ ਨੇ ਬੱਚੇ, ਆਇਲਸ ਕੀਤੀ ਹੋਈ ਤਾਂ 6 ਬੈਂਡ ਹੋਣੇ ਚਾਹੀਦੇ ਨੇ, ਨਹੀਂ ਕੀਤੀ ਹੋਈ ਤੁਹਾਡੇ ਇੰਗਲਿਸ਼ ਦੇ ਵਿੱਚ ਘੱਟੋ ਘੱਟ 60 ਨੰਬਰ ਹੋਣੇ ਚਾਹੀਦੇ ਨੇ ਪਲੱਸ ਟੂ ਦੇ ਵਿੱਚ, ਤੁਸੀਂ ਯੂਕੇ ਦਾ ਵੀਜ਼ਾ ਜਿਹੜਾ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਨਾਲ ਦੀ ਨਾਲ ਉਹਦੇ ਵਿੱਚ ਆਪਣੇ ਜਿਹੜੀ ਖਾਸ ਆਪਸ਼ਨ ਹੈ, ਜਿਵੇਂ ਸਕਾਲਰਸ਼ਿਪ ਦਾ ਤੁਸੀਂ ਕੁਐਸਚਨ ਕੀਤਾ, ਸਕਾਲਰਸ਼ਿਪ ਦੇ ਲਈ ਬੱਚਿਆਂ ਨੂੰ £3,000 ਤੋਂ ਲੈ ਕੇ £10,000 ਤੱਕ ਦੀ ਸਕਾਲਰਸ਼ਿਪ ਅਵੇਲੇਬਲ ਹੈ ਸਾਡੇ ਕੋਲ। ਜਿਹੜੇ ਆਫਰ ਲੈਟਰਸ ਬੱਚਿਆਂ ਦੇ ਆ ਰਹੇ ਨੇ, ਜਿਹੜਾ ਬੱਚਿਆਂ ਦੇ ਕੈਸ ਲੈਟਰ ਇਸ਼ੂ ਹੋ ਰਹੇ ਨੇ ਉਹਨਾਂ ਬੱਚਿਆਂ ਦੀ ਘੱਟੋ ਘੱਟ ਜਿਹੜੀ ਸਕਾਲਰਸ਼ਿਪ ਹੈ, ਘੱਟੋ ਘੱਟ ਹਰੇਕ ਬੱਚੇ ਦੀ ਜਿਹੜੀ 60% ਨੰਬਰ ਜਿਹਦੇ ਹੈਗੇ ਨੇ ਉਹਨਾਂ ਦੀ £3,000, ਅਤੇ ਜਿਹੜੇ 60 ਤੋਂ ਅਬਵ ਹੈਗੇ ਨੇ 70, 80, ਜਿਵੇਂ ਜਿਵੇਂ ਨੰਬਰ ਵੱਧ ਰਹੇ ਨੇ ਉਸ ਹਿਸਾਬ ਨਾਲ ਸਕਾਲਰਸ਼ਿਪ ਵੱਧ ਕੇ ਬੱਚਿਆਂ ਦੀ £10,000 ਤੱਕ ਦੀ ਸਕਾਲਰਸ਼ਿਪ ਬੱਚਿਆਂ ਦੀ ਆ ਰਹੀ ਹੈ। ਤੁਸੀਂ ਜੇਕਰ ਯੂਕੇ ਜਾਣਾ ਚਾਹੁੰਦੇ ਹੋ, ਪਲੱਸ ਟੂ ਪਾਸ ਆਊਟ ਹੋ, ਆਇਲਸ ਨਹੀਂ ਕੀਤੀ ਹੋਈ ਪਰ ਪਲੱਸ ਟੂ ਦੇ ਵਿੱਚ ਨੰਬਰ ਤੁਹਾਡੇ ਵਧੀਆ ਨੇ, ਇੰਗਲਿਸ਼ ਤੁਸੀਂ ਬੋਲ ਸਕਦੇ ਹੋ, ਤਾਂ ਤੁਹਾਡੇ ਕੋਲ ਇੱਕ ਚੰਗੀ ਆਪਸ਼ਨ ਹੈ ਕਿ ਤੁਸੀਂ ਯੂਕੇ ਦੇ ਵਿੱਚ ਸਕਾਲਰਸ਼ਿਪ ਦੇ ਨਾਲ ਪੜ੍ਹਨ ਜਾ ਸਕਦੇ ਹੋ। ਬੱਚੇ ਦੇ ਕੋਲ ਕਾਫੀ ਵਧੀਆ ਆਪਸ਼ਨ ਨੇ ਉੱਥੇ ਜਾ ਕੇ ਸਟੱਡੀ ਦੇ ਲਈ, ਚਾਹੇ ਬੱਚਾ ਡਿਗਰੀ ਲਈ ਜਾਣਾ ਚਾਹੁੰਦਾ, ਚਾਹੇ ਬੱਚਾ ਡਿਪਲੋਮਾ ਲਈ ਜਾਣਾ ਚਾਹੁੰਦਾ, ਟੀਅਰ 4 ਵੀਜ਼ੇ ਦੇ ਅੰਡਰ ਬੱਚਾ ਜਾਂਦਾ। ਬੱਚੇ ਨੂੰ ਕੋਈ ਖਾਸ ਪੁਰਾਣੇ ਫੰਡ ਨਹੀਂ ਚਾਹੀਦੇ, ਬੱਚੇ ਨੂੰ ਸਿਰਫ 28 ਡੇਜ਼ ਓਲਡ ਫੰਡ ਚਾਹੀਦੇ ਨੇ। ਕੁਆਲੀਫਿਕੇਸ਼ਨ ਜਿਹੜੀ ਬੱਚੇ ਦੀ ਪਲੱਸ ਟੂ ਹੋਣੀ ਚਾਹੀਦੀ ਹੈ, ਗੈਪ ਹੈਗਾ 2-3 ਸਾਲ ਦਾ, ਉਹ ਵੀ ਐਕਸੈਪਟੇਬਲ ਹੈ। ਜੇਕਰ ਵੱਧ ਗੈਪ ਦਾ ਬੱਚੇ ਕੋਲ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਇਸ ਗੈਪ ਦੇ ਦੌਰਾਨ ਬੱਚੇ ਨੇ ਕੀ ਕੀਤਾ। ਗ੍ਰੈਜੂਏਟ ਜਿਹੜੇ ਬੱਚੇ ਹੈਗੇ ਨੇ ਉਹਨਾਂ ਕੋਲ ਚੰਗੀ ਆਪਸ਼ਨ ਹੈ, ਤੁਸੀਂ ਵਿਦਆਊਟ ਆਇਲਸ ਯੂਕੇ ਅਪਲਾਈ ਕਰ ਸਕਦੇ ਹੋ। ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ 1+1 MBA ਦੇ ਪ੍ਰੋਗਰਾਮ ਜਾ ਸਕਦਾ, ਜਿਹਦੇ ਵਿੱਚ ਬੱਚੇ ਨੂੰ 1 ਸਾਲ ਦੀ MBA ਦੀ ਡਿਗਰੀ ਮਿਲੂਗੀ। ਨੈਕਸਟ ਈਅਰ ਬੱਚੇ ਦੀ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਇੰਟਰਨਸ਼ਿਪ ਦਿੱਤੀ ਜਾਊਗੀ, ਜਿਹੜੀ ਇੱਕ ਇੰਟਰਨਸ਼ਿਪ ਦਾ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਪੇ ਨਹੀਂ ਕਰਨਾ ਪੈਣਾ, ਉਲਟਾ ਤੁਹਾਨੂੰ ਜਿਹੜੀ ਵੀ ਕੰਪਨੀ ਵਿੱਚ ਜਿਹੜੀ ਵੀ ਜਗ੍ਹਾ ਦੇ ਵਿੱਚ ਕਾਲਜ ਪਲੇਸਮੈਂਟ ਦਊਗਾ, ਯੂਨੀਵਰਸਿਟੀ ਪਲੇਸਮੈਂਟ ਦਊਗੀ, ਤੁਹਾਨੂੰ ਉੱਥੇ ਪੇਡ ਇੰਟਰਨਸ਼ਿਪ ਮਿਲੂਗੀ। ਚੰਗੀਆਂ ਆਪਸ਼ਨਸ ਨੇ ਬੱਚੇ ਕੋਲ ਯੂਕੇ ਦੇ ਵਿੱਚ, ਜਿਹੜਾ ਬੱਚਾ ਅੱਜ ਦੀ ਡੇਟ ਦੇ ਵਿੱਚ ਯੂਕੇ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ। ਬਿਲਕੁਲ ਜੀ, ਯੂਕੇ ਦੀ ਗੱਲ ਸ਼ੁਰੂ ਹੋ ਗਈ ਹੈ। ਯੂਕੇ ਦੇ ਵਿੱਚ ਅਸੀਂ ਹਮੇਸ਼ਾ ਕਹਿੰਦੇ ਹਾਂ ਅੱਜ ਯੂਕੇ ਦੇ ਰੂਲ ਰੈਗੂਲੇਸ਼ਨ ਕਾਫੀ ਜ਼ਿਆਦਾ ਲੀਨੀਅਟ ਕਰ ਦਿੱਤੇ ਨੇ। ਸਟੂਡੈਂਟ ਜਿਹੜੇ ਨੇ ਜਾਣਾ ਵੀ ਚਾਹੁੰਦੇ ਨੇ ਉੱਥੇ, ਉਹਨਾਂ ਨੂੰ ਲੱਗਦਾ ਹੈਗਾ ਕਿ ਹੁਣ ਵਿਦਆਊਟ ਆਇਲਸ ਅਸੀਂ ਜਾ ਸਕਦੇ ਹਾਂ, ਪਰ ਇੱਕ ਗੱਲ ਹੈ ਕਿ ਵਿਦਆਊਟ ਆਇਲਸ ਜਾ ਸਕਦੇ ਹੋ, ਮਾਰਕਸ ਤੁਹਾਡੇ ਅੱਛੇ ਹੋਣੇ ਚਾਹੀਦੇ ਨੇ, 60-65 ਹੋਣੇ ਚਾਹੀਦੇ ਨੇ, ਇੰਗਲਿਸ਼ ਤੁਹਾਨੂੰ ਬੋਲਣੀ ਆਉਣੀ ਚਾਹੀਦੀ ਹੈ। ਸੋ ਇੰਗਲਿਸ਼ ਦੀ ਗੱਲ ਕਰੀਏ, ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਤੁਹਾਨੂੰ ਵੀ ਪਤਾ ਕਿ ਉੱਥੋਂ ਦੀ ਲੋਕਲ ਲੈਂਗੁਏਜ ਕੀ ਹੈਗੀ ਆ। ਉੱਥੇ ਆਮ ਤੁਸੀਂ ਪੰਜਾਬੀ ਦੇ ਵਿੱਚ ਗੱਲ ਨਹੀਂ ਕਰ ਸਕਦੇ, ਅੱਗੇ ਤੁਸੀਂ ਜੋਬਸ ਵੀ ਕਰਨੀਆਂ ਨੇ, ਉਹਦੇ ਲਈ ਵੀ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ। ਸੋ ਯੂਕੇ ਦੇ ਵਿੱਚ ਇਸ ਟਾਈਮ ਫੰਡਸ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਫੰਡਸ ਚਾਹੀਦੇ ਨੇ ਸਟੂਡੈਂਟ? ਯੂਕੇ ਦੇ ਵਿੱਚ ਮੈਮ 2 ਤਰੀਕੇ ਦੇ ਫੰਡ ਸ਼ੋ ਹੁੰਦੇ ਨੇ। ਇੱਕ ਤਾਂ ਇਨਰ ਲੰਡਨ 'ਚ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਉਹਦੇ ਅਲੱਗ ਫੰਡ ਹੁੰਦੇ ਨੇ, ਜਿਹੜਾ ਬੱਚਾ ਆਊਟਰ ਲੰਡਨ 'ਚ ਪੜ੍ਹਨਾ ਚਾਹੁੰਦਾ ਉਹਦੇ ਫੰਡ ਅਲੱਗ ਹੁੰਦੇ ਨੇ। ਜਿਵੇਂ ਕਿ ਲੰਡਨ ਸਿਟੀ ਜਿਹੜਾ ਬੱਚਾ ਪੜ੍ਹੂਗਾ ਉਹਨੂੰ ਘੱਟੋ ਘੱਟ ਜਿਹੜੇ ਹੈਗੇ 14-15 ਲੱਖ ਦੇ ਫੰਡ ਜਿਹੜੇ ਸ਼ੋ ਕਰਨੇ ਪੈਣੇ ਆ। 28 ਡੇਜ਼ ਓਲਡ ਇਹਦੇ ਵਿੱਚ ਬੱਚਾ FD ਦਿਖਾ ਸਕਦਾ ਹੈ ਜਾਂ ਸੇਵਿੰਗ ਅਕਾਊਂਟ ਦਿਖਾ ਸਕਦਾ ਹੈ ਇਹਦੇ ਵਿੱਚ। ਇਸ ਤੋਂ ਇਲਾਵਾ ਬੱਚਾ ਆਪਣੇ ਦਾਦਾ ਦਾਦੀ ਦੇ, ਨਾਨਾ ਨਾਨੀ ਦੇ ਅਤੇ ਪੇਰੈਂਟਸ ਦੇ ਫੰਡ ਜਿਹੜੇ ਸ਼ੋ ਕਰ ਸਕਦਾ। ਪਰ ਜਿਹੜਾ ਬੱਚਾ ਆਊਟਰ ਲੰਡਨ ਜਾਣਾ ਚਾਹੁੰਦਾ, ਲੰਡਨ ਤੋਂ ਬਾਹਰ ਕੇ ਸਿਟੀ ਜਾਣਾ ਚਾਹੁੰਦਾ, ਐਗਜ਼ਾਮਪਲ ਸਕਾਟਲੈਂਡ ਜਾਣਾ ਚਾਹੁੰਦਾ ਜਾਂ ਬਰਮਿੰਗਮ ਜਾਣਾ ਚਾਹੁੰਦਾ, ਉਹਨਾਂ ਬੱਚਿਆਂ ਦੇ ਲਈ ਆਪਸ਼ਨ ਹੈ ਕਿ ਤੁਸੀਂ 11-12 ਲੱਖ ਦੇ ਫੰਡ ਦੇ ਨਾਲ ਵੀ ਤੁਸੀਂ ਯੂਕੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਫੰਡ ਸੇਮ ਕੰਡੀਸ਼ਨ ਹੈ ਕਿ 28 ਡੇਜ਼ ਓਲਡ ਹੋਣੇ ਚਾਹੀਦੇ ਨੇ। ਤੁਸੀਂ ਮਾਂ ਪਿਓ ਦੇ ਨਾਲ ਨਾਲ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਦੇ ਫੰਡ ਸ਼ੋ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਵੀ ਬੱਚਾ ਜੇ ਕਹਿੰਦਾ ਕਿ ਥਰਡ ਪਾਰਟੀ ਫੰਡ ਐਕਸੈਪਟੇਬਲ ਨੇ ਜਾਂ ਕੋਈ ਲੋਨ ਲੈਟਰ ਨੇ, ਐਜੂਕੇਸ਼ਨ ਲੋਨ ਲੈਟਰ ਸਿਰਫ ਉਹਨਾਂ ਬੱਚਿਆਂ ਦੇ ਐਕਸੈਪਟੇਬਲ ਨੇ ਜਿਨ੍ਹਾਂ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਅੱਗੇ MBA ਲਈ ਜਾ ਰਹੇ ਨੇ ਜਾਂ ਬੱਚੇ ਦੇ ਮਾਸਟਰ ਦੀ ਇੱਕ ਹੋਰ ਡਿਗਰੀ ਕਰਨ ਜਾ ਰਹੇ ਨੇ, ਸਿਰਫ ਔਰ ਸਿਰਫ ਉਹਨਾਂ ਬੱਚਿਆਂ ਦੇ ਜਿਹੜਾ ਐਜੂਕੇਸ਼ਨ ਲੋਨ ਜਿਹੜਾ ਉਹ ਐਕਸੈਪਟੇਬਲ ਹੈ। ਇਸ ਤੋਂ ਇਲਾਵਾ ਜਿਹੜੇ ਬੱਚੇ ਪਲੱਸ ਟੂ ਪਾਸ ਆਊਟ ਨੇ, ਡਿਪਲੋਮਾ ਲਈ ਜਾਣਾ ਚਾਹੁੰਦੇ ਨੇ ਜਾਂ ਡਿਗਰੀ ਲਈ ਜਾਣਾ ਚਾਹੁੰਦੇ ਨੇ, ਉਹਨਾਂ ਲਈ ਐਜੂਕੇਸ਼ਨ ਲੋਨ ਐਕਸੈਪਟੇਬਲ ਨਹੀਂ ਹੈ, ਉਹ ਬੱਚਿਆਂ ਨੂੰ 28 ਡੇਜ਼ ਓਲਡ ਫੰਡ ਸ਼ੋ ਕਰਨੇ ਪੈਣਗੇ। ਇੱਥੇ ਮੈਂ ਇੱਕ ਗੱਲ ਮੈਡਮ ਖਾਸ ਦੱਸਣਾ ਚਾਹੂੰਗਾ ਕਿ ਜਿਹੜੇ ਬੱਚੇ ਪਲੱਸ ਟੂ ਪਾਸ ਆਊਟ ਨੇ ਉਹਨਾਂ ਕੋਲ ਸਾਡੇ ਕੋਲ ਆਪਸ਼ਨ ਹੈ ਕਿ 4 ਸਾਲ ਦੀ ਡਿਗਰੀ ਲਈ ਬੱਚਾ ਯੂਕੇ ਜਾਊਗਾ। ਫਸਟ 2 ਈਅਰ ਬੱਚਾ ਸਟੱਡੀ ਕਰੂਗਾ, 3rd ਈਅਰ ਦੇ ਵਿੱਚ ਬੱਚੇ ਦੀ ਇੰਟਰਨਸ਼ਿਪ ਮਿਲੂਗੀ ਬੱਚੇ ਨੂੰ, ਜਿਹੜੀ ਯੂਨੀਵਰਸਿਟੀ ਵੱਲੋਂ ਲਵਾ ਕੇ ਦਿੱਤੀ ਜਾਊਗੀ। ਪ੍ਰੋਪਰ ਬੱਚਿਆਂ ਦੇ ਆਫਰ ਲੈਟਰ ਤੋਂ ਇੰਟਰਨਸ਼ਿਪ ਦੀ ਡਿਟੇਲ ਲਿਖੀ ਜਾਊਗੀ। ਜਦੋਂ ਬੱਚਾ ਯੂਨੀਵਰਸਿਟੀ ਵਿੱਚ ਅਪਲਾਈ ਕਰਨ ਤੋਂ ਬਾਅਦ ਇੰਟਰਨਸ਼ਿਪ ਉੱਤੇ ਜਾਊਗਾ, ਇੰਟਰਨਸ਼ਿਪ ਵਿੱਚ ਘੱਟੋ ਘੱਟ ਜਿਹੜੀ ਇੰਟਰਨਸ਼ਿਪ ਦੇ ਵਿੱਚ ਸੈਲਰੀ ਆ ਬੱਚੇ ਦੀ, ਉਹ 3-4 ਲੱਖ ਬੱਚੇ ਨੂੰ ਮੰਥਲੀ ਸੈਲਰੀ ਮਿਲੂਗੀ, ਤਾਂ ਕਿ ਬੱਚਾ ਆਪਣੇ 1 ਸਾਲ ਦਾ ਜਿਹੜੇ 4th ਈਅਰ ਦੇ ਬੱਚੇ ਦੀ ਫੀਸ ਹੈ, ਫੀਸ ਦੇ ਨਾਲ ਬੱਚਾ ਆਪਣੇ ਰਹਿਣ ਖਾਣ ਦੇ ਵੀ ਵਧੀਆ ਪੈਸੇ ਉੱਤੇ ਕੱਢ ਸਕਦਾ, ਬੱਚਾ ਘਰ ਵੀ ਪੈਸੇ ਭੇਜ ਸਕਦਾ। ਇਹ ਕਾਫੀ ਚੰਗੀ ਆਪਸ਼ਨ ਹੈ ਬੱਚੇ ਕੋਲ ਜੇ ਬੱਚਾ
ਤੁਸੀਂ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ। ਬਿਲਕੁਲ ਜੀ। ਸੋ ਯੂਕੇ ਦੇ ਵਿੱਚ ਜਿਹੜਾ ਇੱਕ ਪਹਿਲਾਂ ਕਿਹਾ ਜਾਂਦਾ ਸੀ ਸਟੂਡੈਂਟ ਦੇ ਮਨ ਦੇ ਵਿੱਚ ਵੀ ਡਰ ਹੁੰਦਾ ਕਿ ਸਾਨੂੰ ਪੀਆਰ ਨਹੀਂ ਮਿਲਣੀ, ਅਸੀਂ ਇਹ ਨਾ ਹੋਵੇ ਉੱਥੇ ਇੰਨਾ ਟਾਈਮ ਲਗਾ ਕੇ ਵਾਪਸ ਆਉਣਾ ਪਵੇ, ਪਰ ਦੱਸ ਦਿੱਤਾ ਗਿਆ ਜੀ ਪੀਆਰ ਮਿਲ ਸਕਦੀ ਹੈ ਪਰ ਤੁਸੀਂ ਉਹਦੇ ਲਈ ਐਲੀਜੀਬਲ ਹੋਣੇ ਚਾਹੀਦੇ ਆ। ਥੋੜ੍ਹਾ ਟਾਈਮ ਲੱਗ ਸਕਦਾ ਪਰ ਉਹਦੇ ਲਈ ਤੁਸੀਂ ਦੇਖੋ ਕਿ ਕੰਟਰੀ ਦੇ ਵਿੱਚ ਤੁਸੀਂ ਕਿਸ ਹਿਸਾਬ ਦੇ ਨਾਲ ਰਹਿ ਰਹੇ ਹੋ, ਪ੍ਰੋਪਰ ਸਟੱਡੀ ਕੀਤੀ ਹੈ, ਪ੍ਰੋਪਰ ਜਿਹੜਾ ਟਾਈਮ ਤੁਹਾਨੂੰ ਜੋਬ ਦਾ ਮਿਲਿਆ ਉਹਨੇ ਟਾਈਮ ਦੇ ਵਿੱਚ ਹੀ ਤੁਸੀਂ ਜੋਬ ਕੀਤੀ ਹੈਗੀ ਆ, ਪ੍ਰੋਪਰ ਜੇਕਰ ਵਧੀਆ ਤਰੀਕੇ ਦੇ ਨਾਲ ਤੁਸੀਂ ਚੱਲੇ ਹੋ ਤਾਂ ਤੁਹਾਨੂੰ ਪੀਆਰ ਜ਼ਰੂਰ ਮਿਲ ਸਕਦੀ ਹੈ। ਸਰ ਯੂਕੇ ਦੇ ਵਿੱਚ ਇਸ ਟਾਈਮ ਸਪਾਊਸ ਦੀ ਗੱਲ ਕੀਤੀ ਜਾਵੇ ਤਾਂ ਸਪਾਊਸ ਜਾ ਸਕਦਾ ਨਾਲ? ਜੀ ਮੈਮ ਬਿਲਕੁਲ, ਜਿਹੜੇ ਬੱਚੇ ਯੂਕੇ ਦੇ ਵਿੱਚ ਪੜ੍ਹਨ ਜਾਣਾ ਚਾਹੁੰਦੇ ਨੇ, ਜੇਕਰ ਸਟੂਡੈਂਟ ਨੇ ਪਲੱਸ 2 ਪਾਸ ਆਊਟ ਹੈ ਉਹ ਆਪਣੇ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦਾ, ਪਰ ਉਹ ਆਪਣੇ ਸਪਾਊਸ ਨੂੰ ਨਾਲ ਦੀ ਨਾਲ ਜਦੋਂ ਬੱਚਾ ਅਪਲਾਈ ਕਰੂਗਾ ਆਪਣਾ ਸਟੂਡੈਂਟ ਵੀਜ਼ਾ, ਸਟੂਡੈਂਟ ਵੀਜ਼ਾ ਜਦੋਂ ਬੱਚੇ ਨੂੰ ਮਿਲ ਸਕਦਾ ਉਸ ਤੋਂ ਬਾਅਦ ਬੱਚਾ 1 ਤੋਂ 2 ਮਹੀਨੇ ਦੇ ਵਿੱਚ ਆਪਣੇ ਸਪਾਊਸ ਨੂੰ ਯੂਕੇ ਦੇ ਵਿੱਚ ਬੁਲਾ ਸਕਦਾ। ਪਰ ਜਿਹੜੇ ਬੱਚੇ ਗ੍ਰੈਜੂਏਟ ਨੇ, ਉਹਨਾਂ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹ ਮਾਸਟਰ ਲਈ ਜਾਣਾ ਚਾਹੁੰਦੇ ਨੇ, ਚਾਹੇ 2 ਸਾਲ ਦੀ ਮਾਸਟਰ ਲਈ ਜਾਣਾ ਚਾਹੁੰਦੇ ਨੇ ਜਾਂ 1 ਈਅਰ ਦੇ MBA ਪ੍ਰੋਗਰਾਮ ਜਾਣਾ ਚਾਹੁੰਦੇ ਨੇ, ਉਹ ਬੱਚੇ ਆਪਣੇ ਸਪਾਊਸ ਨੂੰ ਡੇ 1 ਤੋਂ ਨਾਲ ਲੈ ਕੇ ਜਾ ਸਕਦੇ ਨੇ। ਇੱਥੇ ਜਿਵੇਂ ਸਟੂਡੈਂਟ ਨੂੰ ਟੀਅਰ 4 ਵੀਜ਼ਾ ਮਿਲਦਾ, ਬੱਚੇ ਦੇ ਜਿਹੜਾ ਡਿਪੈਂਡੈਂਟ ਆ ਜਿਹੜਾ ਸਪਾਊਸ ਹੈ ਨਾਲ, ਉਹਨੂੰ ਫੁੱਲ ਟਾਈਮ ਦਾ ਜਿਹੜਾ 24 ਆਵਰਸ ਦਾ ਵਰਕ ਪਰਮਿਟ ਮਿਲਦਾ, ਉਹ ਕਿਸੇ ਵੀ ਟਾਈਮ ਉੱਥੇ ਕਿਸੇ ਵੀ ਤਰੀਕੇ ਨਾਲ ਕੰਮ ਕਰ ਸਕਦੇ ਨੇ, ਉਹਨਾਂ ਨੂੰ ਕੰਮ ਦੇ ਦੌਰਾਨ ਕੋਈ ਰੋਕ ਟੋਕ ਨਹੀਂ ਆ, ਫਸਟ ਡੇ ਤੋਂ ਨਾਲ ਜਿਹੜਾ ਸਪਾਊਸ ਨੇ। ਕਿਤੇ ਨਾ ਕਿਤੇ ਥੋੜ੍ਹੀ ਚੇਂਜਸ ਇਹ ਹੁੰਦੇ ਨੇ ਕਿ ਜਿਹੜਾ ਬੱਚਾ ਸਪਾਊਸ ਨੂੰ ਨਾਲ ਲੈ ਕੇ ਜਾਂਦਾ ਉਹਨਾਂ ਦੀ ਫੰਡਿੰਗ ਥੋੜ੍ਹੀ ਜ਼ਿਆਦਾ ਹੁੰਦੀ ਹੈ, ਬੱਚੇ ਨੂੰ 17 ਤੋਂ 18 ਲੱਖ ਦੇ ਫੰਡ ਸ਼ੋਅ ਕਰਨੇ ਪੈਂਦੇ ਨੇ ਯੂਕੇ ਦੇ ਵਿੱਚ। ਸੇਮ 28 ਦਿਨ ਪੁਰਾਣੇ ਫੰਡ ਸ਼ੋਅ ਕਰਨੇ ਆ, ਤੁਸੀਂ ਸੇਵਿੰਗ ਫੰਡ ਸ਼ੋਅ ਕਰ ਸਕਦੇ ਹੋ, FD ਸ਼ੋਅ ਕਰ ਸਕਦੇ ਹੋ, ਤੁਸੀਂ ਸਪਾਊਸ ਦਾ ਕੋਈ ਐਕਸਟਰਾ ਡਾਕੂਮੈਂਟ ਨਹੀਂ ਤੁਹਾਡਾ ਜਾਣਾ ਹੈ, ਸਪਾਊਸ ਦੇ ਪੜ੍ਹੇ ਲਿਖੇ ਹੋਣ ਦੀ ਲੋੜ ਨਹੀਂ, ਸਪਾਊਸ ਦਾ ਕਿਸੇ ਤਰ੍ਹਾਂ ਦਾ ਕੋਈ ਇੰਟਰਵਿਊ ਨਹੀਂ ਹੋਣਾ, ਸਿਰਫ ਇੱਕ ਨੋਰਮਲ ਪ੍ਰੋਸੈਸ ਹੈ, ਸਿਰਫ ਤੁਹਾਡਾ ਸਪਾਊਸ ਦਾ ਡਿਪੈਂਡੈਂਟ ਵੀਜ਼ਾ ਲੱਗੂਗਾ, ਤੁਸੀਂ ਆਪਣੇ ਸਪਾਊਸ ਨੂੰ ਈਜ਼ਲੀ ਨਾਲ ਲੈ ਕੇ ਜਾ ਸਕਦੇ ਹੋ ਜੇਕਰ ਤੁਸੀਂ ਗ੍ਰੈਜੂਏਸ਼ਨ ਹੋ। ਜਿਹੜੇ ਬੱਚੇ ਨੇ +2 ਕੀਤੀ ਹੈ, ਜਿਵੇਂ ਪਹਿਲਾਂ ਦੱਸਿਆ ਕਿ ਤੁਸੀਂ ਇਹ ਚੀਜ਼ 'ਤੇ ਨਾ ਚੱਲੋ ਕਿ ਅਸੀਂ +2 ਪਾਸ ਆਊਟ ਹਾਂ, ਅਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ, ਉਸ ਚੱਕਰ 'ਚ ਕਈ ਵਾਰ ਮੇਨ ਐਪਲੀਕੈਂਟ ਜਿਹੜਾ ਵੀਜ਼ਾ ਉਹ ਵੀ ਰਿਫਿਊਜ਼ ਹੋ ਜਾਂਦਾ। ਇਸ ਕਰਕੇ ਜਿਹੜੇ ਬੱਚੇ +2 ਪਾਸ ਆਊਟ ਨੇ ਡਿਪੈਂਡੈਂਟ ਦੇ ਨਾਲ ਜਾਣਾ ਚਾਹੁੰਦੇ ਨੇ, ਉਹ ਬੱਚੇ ਫਸਟ ਆਪਣਾ ਇਕੱਲਾ ਅਪਲਾਈ ਕਰਨ, ਪਹਿਲਾਂ ਉੱਥੇ ਜਾ ਕੇ 2 ਮਹੀਨੇ ਬਾਅਦ ਕਾਲਜ ਵੱਲੋਂ ਲੈਟਰ ਇਸ਼ੂ ਕਰਵਾ ਕੇ ਉਹ ਬੱਚੇ ਆਪਣੇ ਸਪਾਊਸ ਨੂੰ 2 ਮੰਥ ਬਾਅਦ ਉਹਦਾ ਅਪਲਾਈ ਕਰਕੇ ਉਹਦਾ ਵੀਜ਼ਾ ਲੈ ਸਕਦੇ ਨੇ, ਉਹਨਾਂ ਡਿਪੈਂਡੈਂਟ ਉੱਥੇ ਜਾ ਸਕਦਾ, ਉਹਦੇ ਨਾਲ ਉੱਥੇ ਜਾ ਕੇ ਕੰਮ ਕਰ ਸਕਦਾ, ਪ੍ਰੋਪਰ ਹੈਲਪ ਕਰ ਸਕਦਾ, ਕਿਸੇ ਵੀ ਤਰੀਕੇ ਦੀ ਕਿਸੇ ਵੀ ਗਵਰਨਮੈਂਟ ਵੱਲੋਂ ਰੋਕ ਟੋਕ ਨਹੀਂ ਹੁੰਦੀ, ਕਿਉਂਕਿ ਇੱਕ ਪ੍ਰੋਪਰ ਉਹਨੂੰ ਵੈਲਿਡ ਵੀਜ਼ਾ ਹੁੰਦਾ। ਡਿਪੈਂਡੈਂਟ ਵੀਜ਼ਾ ਦਾ ਮਤਲਬ ਇਹ ਹੁੰਦਾ ਕਿ ਬੰਦਾ ਉੱਥੇ ਵਰਕ ਪਰਮਿਟ ਜਾਊਗਾ, ਆਪਣੇ ਜਿਹੜੇ ਨਾਲ ਸਪਾਊਸ ਆ ਉਹਦੀ ਹੈਲਪ ਕਰ ਸਕਦਾ। ਬਿਲਕੁਲ ਜੀ, ਸਪਾਊਸ ਨਾਲ ਜਾ ਸਕਦਾ, ਸਿਰਫ ਥੋੜ੍ਹੇ ਥੋੜ੍ਹੇ ਫੰਡਸ ਜਿਹੜੇ ਨੇ ਥੋੜ੍ਹੇ ਬਹੁਤ ਉਹ ਤੁਸੀਂ ਜ਼ਿਆਦਾ ਸ਼ੋਅ ਕਰਨੇ ਨੇ, ਅਦਰਵਾਈਜ਼ ਸਪਾਊਸ ਦੀ ਐਜੂਕੇਸ਼ਨ ਮੈਟਰ ਨਹੀਂ ਕਰਦੀ ਹੈਗੀ। ਸਪਾਊਸ ਉੱਥੇ ਜਾ ਕੇ ਕੰਮ ਵੀ ਕਰ ਸਕਦਾ, ਗੱਲ ਹੈ ਕਿ ਤੁਹਾਡੀ ਐਜੂਕੇਸ਼ਨ ਮੈਟਰ ਕਰਦੀ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀਜ਼ਾ 100% ਲੱਗ ਜਾਵੇ ਤਾਂ ਜਿਹੜੇ ਗ੍ਰੈਜੂਏਟ ਨੇ ਉਹ ਆਪਣੇ ਸਪਾਊਸ ਨੂੰ ਲੈ ਕੇ ਜਾਣਗੇ ਤਾਂ ਬੈਟਰ ਹੈਗਾ। +2 ਵਾਲਿਆਂ ਲਈ ਥੋੜ੍ਹਾ ਜਿਹੀ ਪ੍ਰੋਬਲਮ ਆ ਸਕਦੀ ਹੈ। ਸੋ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੋਈ ਹੈ ਜਾਂ ਅੱਗੇ ਪੋਸਟ ਗ੍ਰੈਜੂਏਸ਼ਨ ਲਈ ਜਾ ਰਹੇ ਨੇ, ਸੋ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜ਼ਰੂਰ ਜਾ ਸਕਦੇ ਹੋ। ਸੋ ਯੂਕੇ ਦੀ ਗੱਲ ਚੱਲ ਰਹੀ ਹੈਗੀ ਆ, ਇੱਕ ਗੱਲ ਹੋਰ ਹੈ ਕਿ ਸਟੂਡੈਂਟ ਜਦੋਂ ਇੱਥੋਂ ਚਲਾ ਜਾਂਦਾ ਹੈ ਨਾ, ਇੱਥੋਂ ਅਸੀਂ ਕਾਲਜ ਯੂਨੀਵਰਸਿਟੀ ਤੁਸੀਂ ਅੱਛੀਆਂ ਸਟੂਡੈਂਟ ਨੂੰ ਦੇ ਦਿੰਦੇ ਹੋ, ਉਹ ਲੈ ਲੈਂਦਾ ਐਡਮਿਸ਼ਨ, ਉੱਥੇ ਜਾ ਕੇ ਹੁਣ ਵੀ ਸਟੂਡੈਂਟ ਜਿਹੜੇ ਇੱਥੇ ਹੋਣਗੇ ਨਾ, ਉਹਨਾਂ ਦੇ ਮਨ ਦੇ ਵਿੱਚ ਇਹ ਕੁਐਸਚਨ ਹੋਏਗਾ, ਬਾਹਰੋਂ ਜਿਹੜੇ ਵੀ ਰਿਸ਼ਤੇਦਾਰ ਹੋਣਗੇ ਜਾਂ ਫਰੈਂਡਸ ਹੋਣਗੇ, ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਹੋਏਗਾ ਕਿ ਠੀਕ ਹੈ ਤੂੰ ਇੱਕ ਵਾਰੀ ਵਧੀਆ ਯੂਨੀਵਰਸਿਟੀ ਕਾਲਜ ਦੇ ਵਿੱਚ ਐਡਮਿਸ਼ਨ ਲੈ ਲਓ, ਇੱਥੇ ਆਓਗੇ ਤਾਂ ਚੇਂਜ ਕਰ ਲੈਣਾ ਹੈ ਨਾ, ਵੀ ਕੋਈ ਛੋਟੇ ਛੋਟੇ ਕਾਲਜ, ਤੁਹਾਡਾ ਖਰਚਾ ਵੀ ਨਹੀਂ ਹੋਏਗਾ ਅਤੇ ਕੰਮ ਵੀ ਜ਼ਿਆਦਾ। ਮੈਕਸੀਮਮ ਆਪਾਂ 2011-12 ਜਾਂ 2013 ਦੀ ਗੱਲ ਕਰੀਏ ਤਾਂ ਆਪਾਂ ਉਦੋਂ ਦੇਖਿਆ ਸੀ ਕਿ ਕਾਫੀ ਬੱਚੇ ਜਿਹੜੇ ਯੂਕੇ ਅਪਲਾਈ ਕਰਦੇ ਸੀ, ਮੈਕਸੀਮਮ ਉਦੋਂ ਪੈਕੇਜ ਹੁੰਦੇ ਸੀ ਕਿ ਤੁਸੀਂ ਆਫਟਰ ਵੀਜ਼ਾ ਪੈਸੇ ਦੇਣੇ, ਤੁਸੀਂ ਪਹਿਲਾਂ ਕੋਈ ਪੈਸਾ ਪੇ ਨਹੀਂ ਕਰਨਾ, ਬੱਚੇ ਇਸ ਲਾਲਚ ਨੂੰ ਕਾਫੀ ਬੱਚੇ ਗਏ ਉੱਥੇ। ਉਸ ਤੋਂ ਬਾਅਦ ਆਪਾਂ ਨੂੰ ਇਹ ਦੇਖਣਾ ਪਿਆ ਕਿ ਕਾਫੀ ਕਾਲਜ ਜਿਹੜੇ ਸੀ 100 ਤੋਂ ਅਬਵ ਕਾਲਜ ਜਿਹੜੇ ਸੀ ਉਹ ਉੱਥੇ ਬਲੈਕਲਿਸਟ ਹੋਏ, ਬੱਚਿਆਂ ਨੂੰ ਵਾਪਸ ਆਉਣਾ ਪਿਆ, ਜਾਂ ਕਈ ਬੱਚਿਆਂ ਦੀ ਫੀਸਾਂ ਖਰਾਬ ਹੋ ਗਈਆਂ, ਜਿਹਨਾਂ ਬੱਚਿਆਂ ਦਾ ਰਿਫਿਊਜ਼ਲ ਹੈ ਉਹਨਾਂ ਦੀ ਫੀਸਾਂ ਤੱਕ ਨਹੀਂ ਵਾਪਸ ਆਈਆਂ, ਜਾਂ ਜਿਹੜੇ ਬੱਚੇ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਇਲੀਗਲ ਹੋਣਾ ਪਿਆ। ਇਸ ਕਰਕੇ ਜਿਹੜੀ ਐਜੂਕੇਸ਼ਨ ਅਬਰੋਡ ਦੀ ਟੀਮ ਹੈ ਅਸੀਂ ਪ੍ਰੋਪਰ ਡੀਲ ਕਰ ਰਹੇ ਹਾਂ, 82 ਤੋਂ ਲੈ ਕੇ 100 ਤੱਕ ਸਾਡੇ ਕੋਲ ਯੂਨੀਵਰਸਿਟੀਜ਼ ਨੇ, ਅਸੀਂ ਸਿਰਫ ਔਰ ਸਿਰਫ ਯੂਨੀਵਰਸਿਟੀ ਵਿੱਚ ਡੀਲ ਕਰਦੇ ਹਾਂ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਾ ਆਏ, ਤੁਹਾਨੂੰ ਵੀਜ਼ਾ ਲੈਣ ਤੋਂ ਪਹਿਲਾਂ ਵੀ ਅਤੇ ਵੀਜ਼ਾ ਲੈਣ ਤੋਂ ਬਾਅਦ ਵੀ। ਜਦੋਂ ਬੱਚਾ ਜਾ ਕੇ ਚੇਂਜ ਕਰਦਾ, ਚਾਹੇ ਆਪਣੇ ਰਿਸ਼ਤੇਦਾਰ ਦੇ ਕਹਿਣੇ 'ਤੇ ਲੱਗਦਾ, ਕਿਤੇ ਯਾਰ ਦੋਸਤ ਮਿੱਤਰ ਦੇ ਕਹਿਣ 'ਤੇ ਕਈ ਵਾਰੀ ਕਾਲਜ ਚੇਂਜ ਕਰ ਲੈਂਦਾ, ਹੁੰਦਾ ਕੀ ਹੈ ਕਿ ਬੱਚਾ ਇੱਥੋਂ ਸਟਾਰਟਿੰਗ 'ਚ ਯੂਨੀਵਰਸਿਟੀ ਲਈ ਜਾਂਦਾ, ਯੂਨੀਵਰਸਿਟੀ ਚੰਗੀ ਫੀਸ ਭਰ ਕੇ ਬੱਚਾ ਚੰਗੀ ਐਜੂਕੇਸ਼ਨ ਲੈ ਜਾਂਦਾ, ਉੱਥੇ ਜਾ ਕੇ ਕਿਸੇ ਛੋਟੇ ਮੋਟੇ ਕਾਲਜ 'ਚ ਬੱਚਾ ਆਪਦਾ ਜਿਹੜਾ ਵੀਜ਼ਾ ਉਹ ਲੈ, ਵੀਜ਼ਾ ਬੱਚੇ ਕੋਲ ਵੈਲਿਡ ਹੁੰਦਾ, ਬੱਚਾ ਛੋਟੇ ਮੋਟੇ ਕਾਲਜ 'ਚ ਥੋੜ੍ਹੀ ਬਹੁਤੀ ਫੀਸ ਦੇ ਬਚਾਉਣ ਦੇ ਲਾਲਚ ਬੱਚਾ ਕੋਰਸ ਦੇ ਵਿੱਚ ਐਡਮਿਸ਼ਨ ਲੈ ਲੈਂਦਾ, ਉਸ ਤੋਂ ਬਾਅਦ ਉਹ ਕਈ ਵਾਰੀ ਕਾਲਜ ਬਲੈਕਲਿਸਟ ਹੋ ਜਾਂਦਾ, ਜਾਂ ਜੇ ਕਾਲਜ ਬਲੈਕਲਿਸਟ ਨਹੀਂ ਵੀ ਹੁੰਦਾ ਤਾਂ ਉਹ ਕਾਲਜ ਦੀ ਡਿਗਰੀ ਕੰਪਲੀਟ ਨਹੀਂ ਮਿਲਦੀ,
ਡਿਟੇਲ ਜਿਹੜੀ ਅੰਬੈਸੀ ਕੋਲ ਹੁੰਦੀ ਹੈ ਜਦੋਂ ਬੱਚਾ ਵਰਕ ਪਰਮਿਟ 'ਚ ਟੀਅਰ 2 'ਚ ਕਨਵਰਟ ਹੋਣਾ ਚਾਹੁੰਦਾ ਹੈ ਜਾਂ ਬੱਚਾ ਚਾਹੁੰਦਾ ਕਿ ਮੈਂ ਪੀਅਰ ਅਪਲਾਈ ਕਰਾਂ, ਉਹ ਚੀਜ਼ਾਂ ਬੱਚੇ ਨੂੰ ਉਦੋਂ ਅੱਗੇ ਆਉਂਦੀਆਂ ਨੇ ਉਦੋਂ ਬੱਚੇ ਦਾ ਨੁਕਸਾਨ ਕਰਦੀਆਂ ਨੇ। ਇਸ ਕਰਕੇ ਕਾਫੀ ਸਟੂਡੈਂਟ ਉੱਥੇ ਇਲੀਗਲ ਰਹਿੰਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ। ਉਹ ਕਈ ਵਾਰੀ ਬੱਚਾ ਇਹ ਸੋਚਦਾ ਕਿ ਚਲੋ ਮੈਂ ਇੱਥੇ 10 ਲੱਖ ਪਾਉਂਡ 10,000 ਪਾਉਂਡ ਦੇ ਕੇ ਪੜ੍ਹਨ ਆ ਰਿਹਾ, ਮੈਨੂੰ ਕਾਲਜ 5,000 ਪਾਉਂਡ 'ਚ ਮਿਲ ਰਿਹਾ, ਉੱਥੇ ਮੇਰੀ 4 ਸਾਲ ਦੀ ਸਟੱਡੀ ਹੈ, ਇੱਥੇ ਮੇਰੀ 2 ਸਾਲ ਦੀ ਸਟੱਡੀ ਹੈ। ਪਰ ਬੱਚਾ ਇਹ ਨਹੀਂ ਸੋਚਦਾ ਮੇਰਾ ਫਿਊਚਰ ਕਿੰਨਾ ਇਨਸਿਕਿਓਰ ਹੋ ਰਿਹਾ, ਕਿ ਆਪਣੇ ਸਿਰਫ 5,000 ਪਾਉਂਡ ਬਚਾਉਣ ਦੇ ਲਾਲਚ ਨੂੰ ਜਾਂ ਆਪਣਾ 1 ਸਾਲ ਬਚਾਉਣ ਦੇ ਲਾਲਚ ਨੂੰ ਬੱਚਾ ਉੱਥੇ ਸਾਰੀ ਜ਼ਿੰਦਗੀ ਆਪਣੀ ਇਲੀਗਲ ਕੱਢਣ ਨੂੰ ਤਿਆਰ ਹੈ। ਪਰ ਜੇ ਬੱਚਾ ਉੱਥੇ ਬੱਚਾ ਉੱਥੇ 4 ਈਅਰ ਪ੍ਰੋਪਰ ਸਟੱਡੀ ਕਰਦਾ, ਟੀਅਰ 2 ਦੇ ਵੀਜ਼ੇ ਦੇ ਅੰਦਰ ਵਰਕ ਕਰਦਾ, ਤਾਂ ਬੱਚਾ ਉੱਥੇ ਵੀ ਸੋਚੇ ਕਿ ਉਹਨੂੰ 6 ਤੋਂ ਲੈ ਕੇ 6.5 ਸਾਲ ਦੇ ਬਾਅਦ ਬੱਚਾ ਯੂਕੇ ਦੇ ਵਿੱਚ PR ਵੀ ਹੋ ਸਕਦਾ। ਬਿਲਕੁਲ ਜੀ, ਇਸ ਸਵਾਲ ਪੁੱਛਣ ਦਾ ਸਾਡਾ ਮਕਸਦ ਇਹੀ ਸੀਗਾ, ਕਿਉਂਕਿ ਬਹੁਤ ਸਾਰੇ ਸਟੂਡੈਂਟ ਦੇਖ ਰਹੇ ਨੇ ਇਸ ਟਾਈਮ, ਉਹ ਵੀ ਸੋਚ ਰਹੇ ਹੋਣਗੇ, ਤੁਹਾਨੂੰ ਵੀ ਇੱਦਾਂ ਦੀ ਸਲਾਹ ਮਿਲੀ ਹੋਏਗੀ, ਤੁਹਾਡੇ ਮਨ ਦੇ ਵਿੱਚ ਵੀ ਇੱਦਾਂ ਦੀ ਗੱਲ ਜ਼ਰੂਰ ਹੋਏਗੀ ਕਿ ਚਲੋ ਠੀਕ ਹੈ, ਇੱਥੋਂ ਅੱਛੇ ਯੂਨੀਵਰਸਿਟੀ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਉੱਥੇ ਜਾ ਕੇ ਚੇਂਜ ਕਰ ਲਾਂਗੇ, ਸਾਡੇ ਪੈਸੇ ਵੀ ਬਚ ਜਾਣਗੇ, ਸਾਨੂੰ ਕੰਮ ਵੀ ਜ਼ਿਆਦਾ ਮਿਲ ਸਕਦਾ, ਜ਼ਿਆਦਾ ਘੰਟੇ ਮਿਲ ਜਾਣਗੇ ਕੰਮ ਕਰਨ ਦੇ ਲਈ। ਪਰ ਇਹ ਦੇਖੋ ਕਿ ਇਸ ਟਾਈਮ ਜਿਹੜਾ ਪ੍ਰੈਜ਼ੈਂਟ ਹੋਏਗਾ ਉਹਨੂੰ ਤੁਸੀਂ ਠੀਕ ਕਰਨ ਦੇ ਲਈ ਫਿਊਚਰ ਆਪਣਾ ਖਰਾਬ ਕਰ ਦੋਗੇ, ਤੁਹਾਨੂੰ ਕੱਲ੍ਹ ਨੂੰ ਹੋ ਸਕਦਾ ਹੈ ਕਿ ਛੋਟੇ ਮੋਟੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਕੱਲ੍ਹ ਨੂੰ ਬਲੈਕ ਲਿਸਟ ਹੋ ਜਾਵੇ, ਜਾਂ ਫਿਰ ਤੁਹਾਨੂੰ PR ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਣ ਵਾਲੀ। ਸੋ ਤੁਹਾਡਾ ਅੱਜ ਤੇ ਪੂਰਾ ਜਿਹੜਾ ਫਿਊਚਰ ਡਿਪੈਂਡ ਕਰਦਾ ਹੈਗਾ, ਤੁਸੀਂ ਪੜ੍ਹਾਈ ਦੇ ਲਈ ਜਾ ਰਹੇ ਹੋ, ਜਿਹੜੀ ਵੀ ਕੰਟਰੀ ਤੁਹਾਨੂੰ ਵੈਲਕਮ ਕਰ ਰਹੀ ਹੈ ਉਹੀ ਇਸੇ ਕਰਕੇ ਕਰ ਰਹੀ ਹੈ ਕਿ ਤੁਸੀਂ ਅੱਛੀ ਸਟੱਡੀ ਕਰਨ ਦੇ ਲਈ ਇੱਥੇ ਪਹੁੰਚੋ। ਸੋ ਪ੍ਰੋਪਰ ਸਟੱਡੀ ਕਰੋ। ਪੇਰੈਂਟਸ ਨੇ ਵੀ ਕਿਤੇ ਨਾ ਕਿਤੇ ਸੋਚਿਆ ਹੁੰਦਾ ਬੱਚਿਆਂ ਦੇ ਨੇ ਕਿ ਚਲੋ ਠੀਕ ਹੈ ਜੀ, ਬੱਚਾ ਸਾਨੂੰ ਪੈਸੇ ਭੇਜਣੇ ਜਿਹੜੇ ਸ਼ੁਰੂ ਕਰ ਦੇਵੇ, ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਪੇਰੈਂਟਸ ਵੀ ਪ੍ਰੈਸ਼ਰ ਪਾ ਦਿੰਦੇ ਨੇ ਬੱਚਿਆਂ 'ਤੇ ਕਿ ਸਾਨੂੰ ਜਾਂਦੇ ਹੀ ਪੈਸੇ ਭੇਜਣੇ ਸ਼ੁਰੂ ਕਰ ਦਿਓ। ਮੈਮ ਇੱਥੇ ਮੈਂ ਬੱਚਿਆਂ ਨੂੰ ਦੱਸਣਾ ਚਾਹੂੰਗਾ ਕਿ ਕੋਈ ਬੱਚਾ ਜਦੋਂ ਤੁਸੀਂ ਇੱਕ ਸਟੂਡੈਂਟ ਵੀਜ਼ਾ 'ਤੇ ਵੈਲਿਡ 'ਤੇ ਜਾ ਰਹੇ ਹੋ, ਤੁਸੀਂ ਸਟੂਡੈਂਟ ਵੀਜ਼ਾ ਲਈ ਅਪਲਾਈ ਕੀਤਾ, ਤੁਸੀਂ ਸਟੂਡੈਂਟ ਵੀਜ਼ਾ ਲੈ ਰਹੇ ਹੋ, ਤੁਸੀਂ ਇਹ ਸੋਚ ਕੇ ਜਾਓਗੇ ਤੁਹਾਡੇ ਫਸਟ ਪ੍ਰੈਫਰੈਂਸ ਸਟੱਡੀ ਕੰਪਲੀਟ ਕਰਨ ਦੀ ਹੋਣੀ ਚਾਹੀਦੀ ਹੈ, ਸਟੱਡੀ ਕਰਨ ਦੀ ਹੋਣੀ ਚਾਹੀਦੀ ਹੈ, ਕਲਾਸਾਂ ਲਾਉਣ ਦੀ ਹੋਣੀ ਚਾਹੀਦੀ ਹੈ। ਬੱਚੇ ਸੋਚਦੇ ਨੇ, ਬੱਚੇ ਜੋ ਸਾਡੇ ਕੋਲ ਅਪਲਾਈ ਕਰਨ ਆਉਂਦੇ ਨੇ, ਬੱਚੇ ਕਹਿੰਦੇ ਨੇ ਕਿ ਉਹ ਕਾਲਜ 'ਚ 2 ਜਾਂ 3 ਦਿਨ ਕਲਾਸਾਂ ਹੋਣ, ਜਿਹੜੇ ਕਾਲਜ 'ਚ ਪੜ੍ਹਾਈ ਘੱਟ ਹੋਏ। ਜੇਕਰ ਆਪਾਂ ਜਾ ਹੀ ਸਟੂਡੈਂਟ ਵੀਜ਼ੇ 'ਤੇ ਰਹਿੰਦੇ, ਆਪਣੀ ਜਿਹੜੀ ਫਸਟ ਪ੍ਰੈਫਰੈਂਸ ਉਹ ਪੜ੍ਹਨਾ ਹੋਣੀ ਚਾਹੀਦੀ ਹੈ, ਨਾ ਕਿ ਆਪਾਂ ਨੂੰ ਕੰਮ ਨੂੰ ਲੈ ਕੇ ਹੋਣੀ ਚਾਹੀਦੀ ਹੈ। ਬੱਚੇ ਉੱਥੋਂ ਜਾਂਦੇ ਨੇ 2 ਕੁ ਦਿਨ ਕਾਲਜ ਅਟੈਂਡ ਕਰਦੇ ਨੇ, ਉਸ ਤੋਂ ਬਾਅਦ ਜਿਹੜੇ 4-5 ਦਿਨ ਬੱਚਿਆਂ ਕੋਲ ਬਚਦੇ ਨੇ, ਬੱਚੇ ਕੰਮ ਕਰਦੇ ਨੇ, ਐਕਸਟਰਾ ਕੰਮ ਕਰਦੇ ਨੇ, ਬੱਚੇ ਸਿਰਫ ਪੈਸੇ ਕਮਾਉਣ ਦੇ ਲਾਲਚ ਜਾਂ ਨੈਕਸਟ ਈਅਰ ਦੀ ਫੀਸ ਕੱਢਣ ਦੇ ਲਾਲਚ, ਪਰ ਉਸ ਤੋਂ ਬਾਅਦ ਜਦੋਂ ਬੱਚਾ ਵਰਕ ਪਰਮਿਟ ਵੱਲ ਜਾਂਦਾ ਜਾਂ ਬੱਚਾ PR ਵੱਲ ਜਾਂਦਾ, ਜਦੋਂ ਬੱਚੇ ਦੇ ਅੱਗੇ ਆਪਸ਼ਨ ਜਿਹੜੀਆਂ ਬੱਚੇ ਨੂੰ, ਜਿਹਨਾਂ ਨੇ ਫਿਊਚਰ ਬਣਾਉਣਾ ਹੁੰਦਾ ਐਕਚੁਅਲ ਦੇ ਵਿੱਚ ਬੱਚੇ ਦਾ, ਉਹਨਾਂ ਦੇ ਵਿੱਚ ਜਾ ਕੇ ਬੱਚੇ ਨੂੰ ਕਾਫੀ ਪ੍ਰੋਬਲਮ ਹੁੰਦੀ ਹੈ। ਕਿਤੇ ਨਾ ਕਿਤੇ ਮਾਂ ਬਾਪ ਬੱਚੇ ਨੂੰ ਪ੍ਰੈਸ਼ਰਾਈਜ਼ ਕਰਨ ਲੱਗ ਜਾਂਦੇ ਨੇ ਕਿ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਕਿ ਸਾਨੂੰ ਜਿਹੜੇ ਅਸੀਂ ਪੈਸੇ ਤੇਰੇ 'ਤੇ ਲਗਾ ਕੇ ਭੇਜੇ ਨੇ ਉਹ ਭੇਜ, ਜਾਂ ਤੂੰ ਨੈਕਸਟ ਈਅਰ ਜਿਹੜੀ ਫੀਸ ਆ ਖੁਦ ਭਰਨੀ ਆ। ਬੱਚਾ ਕਈ ਵਾਰ ਪ੍ਰੈਸ਼ਰਾਈਜ਼ ਹੋ ਕੇ ਵੀ ਜ਼ਿਆਦਾ ਕੰਮ ਕਰਨਾ ਸਟਾਰਟ ਕਰਦੇ ਹਨ, ਪਰ ਮੈਂ ਮਾਂ ਬਾਪ ਨੂੰ ਵੀ ਇਹ ਸਲਾਹ ਇੱਥੇ ਦੇਣਾ ਚਾਹੂੰਗਾ, ਜੇਕਰ ਤੁਸੀਂ ਆਪਣੇ ਬੱਚੇ ਨੂੰ ਇੱਕ ਪ੍ਰੋਪਰ ਸਟੱਡੀ ਦੇ ਲਈ ਭੇਜ ਰਹੇ, ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਅੱਜ ਸਟੱਡੀ ਕਰਨ ਲਈ ਜਾ ਰਿਹਾ ਉੱਥੇ, ਜਾਂ 2 ਸਾਲ ਬਾਅਦ 3 ਸਾਲ ਬਾਅਦ ਡਿਗਰੀ ਕੰਪਲੀਟ ਕਰਕੇ ਉੱਥੇ ਚੰਗੀ ਵਾਈਟ ਕਾਲਰ ਜੋਬ ਕਰੇ, ਜਾਂ ਵਧੀਆ ਤਰੀਕੇ ਨਾਲ ਉੱਥੇ ਪੜ੍ਹੇ, ਵਧੀਆ ਤਰੀਕੇ ਨਾਲ PR ਹੋਏ, ਕੱਲ੍ਹ ਨੂੰ ਮਾਂ ਬਾਪ ਵੀ ਉੱਥੇ ਬੱਚੇ ਦੇ PR ਹੋਣ ਤੋਂ ਬਾਅਦ ਮਾਂ ਬਾਪ ਵੀ ਉੱਥੇ ਜਾ ਸਕਦੇ ਨੇ, ਜਾਂ ਬੱਚੇ ਦੇ ਵਰਕ ਪਰਮਿਟ ਦੇ ਦੌਰਾਨ, ਜਾਂ ਬੱਚੇ ਦੀ ਸਟੱਡੀ ਦੇ ਦੌਰਾਨ, ਕਨਵੋਕੇਸ਼ਨ ਦੇ ਦੌਰਾਨ ਬੱਚਾ ਮਾਂ ਬਾਪ ਨੂੰ ਉੱਥੇ ਬੁਲਾ ਸਕਦਾ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਉੱਥੇ ਜਾਓ, ਬੱਚੇ ਦਾ ਫਿਊਚਰ ਸੈੱਟ ਹੋਏ, ਨਾਲ ਤੁਹਾਡਾ ਫਿਊਚਰ ਸੈੱਟ ਹੋਏ, ਤਾਂ ਬੱਚੇ ਨੂੰ ਕਦੇ ਵੀ ਇਸ ਚੀਜ਼ ਵਾਸਤੇ ਨਾ ਪ੍ਰੈਸ਼ਰ ਕਰਿਆ ਕਰੋ ਕਿ ਤੁਸੀਂ ਮੈਨੂੰ ਜਲਦੀ ਪੈਸੇ ਭੇਜੋ ਜਾਂ ਕੰਮ ਕਰ ਛੇਤੀ ਕਰੋ। ਬੱਚੇ ਨੂੰ ਪ੍ਰੋਪਰ ਪੜ੍ਹਾਈ ਲਈ ਟਾਈਮ ਕੱਢਣ ਦਿਓ, ਪੜ੍ਹਾਈ ਪ੍ਰੋਪਰ ਕਰਨ ਦਿਓ। ਹਾਂ, ਜਦੋਂ ਬੱਚੇ ਦੇ ਸਟੱਡੀ ਆਰਸ ਕੰਪਲੀਟ ਨੇ, ਬੱਚਾ 20 ਆਰਸ ਜਿਹੜਾ ਵੀਕਲੀ ਕੰਮ ਕਰ ਰਿਹਾ, ਉਹ ਬੱਚਾ ਈਜ਼ਲੀ ਕਰ ਸਕਦਾ, ਉਹਦੇ ਵਿੱਚ ਕੋਈ ਕਿਸੇ ਤਰੀਕੇ ਦੀ ਰੋਕ ਟੋਕ ਨਹੀਂ ਹੈ। ਬੱਚੇ ਨੂੰ ਪ੍ਰੋਪਰ ਬੱਚਾ ਜਦੋਂ ਤਰੀਕੇ ਸਿਰ ਕੰਮ ਕਰਦਾ, ਤਰੀਕੇ ਸਿਰ ਆਪਣੀ ਸਟੱਡੀ ਕਰਦਾ, ਤਾਂ ਬੱਚੇ ਨੂੰ ਜਿਹੜੇ PR ਦੇ ਵਿੱਚ ਜਾਂ ਵਰਕ ਪਰਮਿਟ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਤਾਂ ਬੱਚੇ ਦਾ ਫਿਊਚਰ ਆਟੋਮੈਟਿਕਲੀ ਸਿਕਿਓਰ ਹੋਈ ਜਾਂਦਾ, ਅਤੇ ਮਾਂ ਬਾਪ ਦਾ ਫਿਊਚਰ ਵੀ ਨਾਲ ਦੀ ਨਾਲ ਮੈਂ ਕਹੂੰਗਾ ਅਤੇ ਸਿਕਿਓਰ ਹੁੰਦਾ, ਕਿਉਂਕਿ ਇੱਕ ਬੱਚਾ ਜਦੋਂ ਪੜ੍ਹਾਈ ਕਰਕੇ ਪ੍ਰੋਪਰ ਉੱਥੇ ਸਟੱਡੀ ਕਰਕੇ ਚੰਗੀ ਜੋਬ ਲੱਗਦਾ, ਚੰਗੀ PR ਦੇ ਵਿੱਚ ਅੱਗੇ ਆਪਸ਼ਨ ਬੱਚੇ ਨੂੰ ਮਿਲਦੀ ਹੈ, ਬੱਚਾ PR ਹੁੰਦਾ, ਤਾਂ ਬੱਚੇ ਦੇ ਮਾਂ ਬਾਪ ਦੇ ਵੀ ਆਪਸ਼ਨ ਉੱਥੇ ਜਾ ਸਕਦੇ ਨੇ, ਬੱਚਾ ਦੇ ਮਾਂ ਬਾਪ ਨੂੰ ਮਿਲਣ ਵੀ ਜਾ ਸਕਦੇ ਨੇ, ਜਾਂ ਉੱਥੇ ਪ੍ਰੋਪਰ PR ਵੀ ਹੋ ਸਕਦੇ ਨੇ। ਪਰ ਕਿਤੇ ਨਾ ਕਿਤੇ ਜਿਹੜਾ ਬੱਚਾ ਉੱਥੇ ਲੀਗਲ ਕੰਮ ਕਰਦਾ, 1 ਨੰਬਰ ਦੇ ਵਿੱਚ ਬੱਚਾ ਪੜ੍ਹਾਈ ਕਰਦਾ, ਬੱਚਾ ਕੋਈ ਕਿਸੇ ਤਰੀਕੇ ਦੀ ਪਰਸੈਂਟੇਜ ਵਧੀਆ ਗੈਟ ਕਰਦਾ, ਉੱਥੇ ਸਕਾਲਰਸ਼ਿਪਸ ਲੈਂਦਾ, ਹਰੇਕ ਤਰੀਕੇ ਨਾਲ ਬੱਚਾ ਜਦੋਂ ਪ੍ਰੋਪਰ ਲੀਨੀਅੰਟ ਚੱਲਦਾ, ਤਾਂ ਉੱਥੇ ਜਾ ਕੇ ਬੱਚੇ ਦੀ ਚੰਗੀ ਆਪਸ਼ਨ ਜਿਹੜੀਆਂ ਨੇ ਬੱਚੇ ਨੂੰ ਮਿਲਦੀਆਂ ਨੇ। ਸੋ ਬਿਲਕੁਲ ਜੀ, ਇਹੀ ਮੈਸੇਜ ਜਿਹੜਾ ਪੇਰੈਂਟਸ ਲਈ ਵੀ ਹੈਗਾ ਅਤੇ ਬੱਚਿਆਂ ਲਈ ਵੀ ਹੈਗਾ ਕਿ ਜਾ ਕੇ ਪ੍ਰੈਸ਼ਰਾਈਜ਼ ਬਿਲਕੁਲ ਨਾ ਹੋਵੋ। ਇਹ ਦੇਖੋ ਕਿ ਜੇਕਰ ਅੱਜ ਤੁਸੀਂ ਪ੍ਰੋਪਰ ਮਨ ਲਗਾ ਕੇ ਸਟੱਡੀ ਕਰ ਲਈ, 3-4 ਸਾਲ ਜਿੰਨੇ ਦੀ ਵੀ ਤੁਹਾਡੀ ਡਿਗਰੀ ਜਾਂ ਡਿਪਲੋਮਾ ਜਾਂ ਜਿਸ ਵੀ ਕਾਲਜ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਹੋ, ਪ੍ਰੋਪਰ ਤਰੀਕੇ ਦੇ ਨਾਲ ਸਟੱਡੀ ਕਰ ਲਈ, ਤਾਂ ਆਉਣ ਵਾਲਾ ਭਵਿੱਖ ਤੁਹਾਡਾ ਉਹ ਬਹੁਤ ਵਧੀਆ ਹੋ ਸਕਦਾ।
ਕਿਉਂਕਿ ਕੋਈ ਵੀ ਬੱਚਾ ਜੋ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦਾ, ਡਿਪਲੋਮਾ ਅਤੇ ਡਿਗਰੀ ਦੋ ਵੱਖ ਵੱਖ ਚੀਜ਼ਾਂ ਨੇ ਜਿਨ੍ਹਾਂ ਵਿੱਚ ਬੱਚੇ ਨੇ ਅਪਲਾਈ ਕਰਨਾ ਹੁੰਦਾ। ਡਿਪਲੋਮਾ ਪਲੱਸ ਟੂ ਪਾਸ ਆਊਟ ਜਿਹੜਾ ਬੱਚਾ ਡਿਪਲੋਮਾ 'ਚ ਵੀ ਅਪਲਾਈ ਕਰ ਸਕਦਾ, ਡਿਗਰੀ 'ਚ ਅਪਲਾਈ ਕਰ ਸਕਦਾ। ਜਿਹੜੇ ਬੱਚੇ ਦੀ ਪਰਸੈਂਟੇਜ ਘੱਟੋ ਘੱਟ 60 ਹੈਗੀ ਆ, ਓਵਰਆਲ ਬੈਂਡ 6 ਹੈਗੇ ਨੇ, ਇੱਕ ਮੋਡਿਊਲ 'ਚੋਂ ਜੇਕਰ 5.5 ਬੈਂਡ ਨੇ ਤਾਂ ਬੱਚਾ ਡਾਇਰੈਕਟਲੀ ਜਿਹੜਾ ਪਲੱਸ ਟੂ ਤੋਂ ਬਾਅਦ ਆਪਣੀ ਬੈਚਲਰ ਡਿਗਰੀ ਜਾ ਸਕਦਾ। 3 ਸਾਲ ਦੀ ਬੱਚੇ ਨੂੰ ਕਿਸੇ ਵੀ ਯੂਨੀਵਰਸਿਟੀ ਵਿੱਚ ਜਾਂ ਟੇਫ ਦੇ ਵਿੱਚ ਜਾਂ ਗੌਰਮੈਂਟ ਕਾਲਜ ਦੇ ਵਿੱਚ ਜਾਂ ਪ੍ਰਾਈਵੇਟ ਕਾਲਜ ਦੇ ਬੱਚੇ ਨੂੰ ਬੈਚਲਰ ਡਿਗਰੀ ਮਿਲਦੀ ਹੈ। 3 ਸਾਲ ਦੀ ਪੜ੍ਹਾਈ ਤੋਂ ਬਾਅਦ ਬੱਚੇ ਕੋਲ ਅੱਗੇ 2 ਸਾਲ ਦੇ ਵਰਕ ਪਰਮਿਟ ਦੇ ਆਪਸ਼ਨ ਹੁੰਦੇ ਨੇ। ਦੂਜੇ ਪਾਸੇ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਬੈਂਡ 5.5 ਨੇ, ਪਲੱਸ ਟੂ ਪਾਸ ਆਊਟ ਨੇ, ਪਰਸੈਂਟੇਜ ਜਿਹੜੀ ਆ ਘੱਟੋ ਘੱਟ 55% ਹੈ, 60 ਹੈਗੀ ਜਾਂ 60 ਤੋਂ ਥੱਲੇ ਹੈ, ਬੈਂਡ ਘੱਟ ਨੇ, ਓਵਰਆਲ 6 ਹੈਗੇ ਨੇ, 2 ਜਾਂ 3 ਮੋਡਿਊਲ 'ਚੋਂ ਉਹਨਾਂ ਦੇ 5.5 ਰਹਿ ਕੇ ਓਵਰਆਲ 6 ਬਣ ਜਾਂਦੇ ਨੇ, ਤਾਂ ਉਹ ਬੱਚਿਆਂ ਕੋਲ ਆਪਸ਼ਨ ਹੈ ਕਿ ਉਹ ਬੱਚੇ ਡਿਪਲੋਮਾ ਵਿੱਚ ਅਪਲਾਈ ਕਰ ਸਕਦੇ ਨੇ। ਇੱਥੇ ਮੈਂ ਇੱਕ ਖਾਸ ਗੱਲ ਬੱਚਿਆਂ ਨੂੰ ਦੱਸਣਾ ਚਾਹੂੰਗਾ ਕਿ ਡਿਪਲੋਮਾ ਦੇ ਵਿੱਚ ਕਿਤੇ ਨਾ ਕਿਤੇ ਸਕਸੈਸ ਰੇਟ ਘੱਟ ਹੈਗਾ, ਪਰ ਇਹ ਨਹੀਂ ਕਿ ਡਿਪਲੋਮਾ ਦੇ ਵਿੱਚ ਵੀਜ਼ੇ ਨਹੀਂ ਹੁੰਦੇ। ਰੀਸੈਂਟਲੀ ਸਾਡੇ ਕਾਫੀ ਵੀਜ਼ਾ ਆਏ ਨੇ, ਤੁਸੀਂ ਸਾਡੇ ਆਫਿਸ ਆ ਕੇ ਵੀਜ਼ਾ ਦੇਖ ਵੀ ਸਕਦੇ ਹੋ। ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਦੇ ਕੋਰਸ ਲਈ ਜਾ ਰਹੇ ਹੋ, ਕਿਸ ਤਰ੍ਹਾਂ ਦੀ ਸਟੱਡੀ ਲਈ ਜਾ ਰਹੇ ਹੋ, ਤੁਹਾਡਾ ਸਟੱਡੀ ਦਾ ਗੈਪ ਕਿੰਨਾ ਕੁ ਹੈ, ਤੁਹਾਡੀ ਪਰਸੈਂਟੇਜ ਕਿੰਨੀ ਕੀ ਹੈ, ਜਿਹੜਾ ਕੋਰਸ ਤੁਸੀਂ ਚੂਜ਼ ਕੀਤਾ ਉਹ ਤੁਹਾਡੀ ਪੜ੍ਹਾਈ ਦੇ ਅਕੋਰਡਿੰਗ ਹੈਗਾ ਕਿ ਨਹੀਂ ਹੈਗਾ, ਜਾਂ ਜੇਕਰ ਤੁਹਾਡੀ ਪੜ੍ਹਾਈ ਉਹਦੇ ਅਕੋਰਡਿੰਗ ਹੈਗੀ ਤਾਂ ਜਿਹੜੇ ਸਬਜੈਕਟ ਤੁਸੀਂ ਇਹਦੇ ਵਿੱਚ ਦੇਖ ਰਹੇ ਤੁਹਾਡੇ ਕੋਰ ਸਬਜੈਕਟ ਦੇ ਵਿੱਚ ਨੰਬਰ ਕਿੰਨੇ ਨੇ, ਇਹ ਨਹੀਂ ਕਿ ਤੁਹਾਡੀ ਓਵਰਆਲ ਪਰਸੈਂਟੇਜ ਤਾਂ 60 ਹੈਗੀ ਪਰ ਤੁਹਾਡੇ ਜਿਹੜੇ ਮੇਨ ਸਬਜੈਕਟ ਨੰਬਰ 30 ਜਾਂ 40 ਨੰਬਰ ਨੇ, ਫਿਰ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੈ ਸਕਦੇ। ਇਸ ਕਰਕੇ ਤੁਸੀਂ ਇਹ ਵੀ ਦੇਖੋ ਕਿ ਤੁਹਾਡੇ ਓਵਰਆਲ ਪਰਸੈਂਟੇਜ ਦੇ ਨਾਲ ਨਾਲ ਇਸ ਸਬਜੈਕਟ ਵਿੱਚ ਵੀ ਚੰਗੇ ਨੰਬਰ ਹੋਣ। ਬੈਂਡ ਤੁਹਾਡੇ 5.5 ਹੈਗੇ ਨੇ, ਤੁਸੀਂ ਡਿਪਲੋਮਾ 'ਚ ਵੀਜ਼ਾ ਲੈ ਸਕਦੇ ਹੋ। ਬੈਂਡ 6 ਹੈਗੇ ਨੇ, ਨੋਟ ਲੈਸ ਦੈਨ 5.5 ਨੇ, ਤੁਸੀਂ ਡਾਇਰੈਕਟਲੀ ਡਿਗਰੀ ਵਿੱਚ ਅਪਲਾਈ ਕਰਕੇ ਯੂਨੀਵਰਸਿਟੀ ਵਿੱਚ ਜਾਂ ਕਾਲਜ ਵਿੱਚ ਐਡਮਿਸ਼ਨ ਲੈ ਸਕਦੇ ਹੋ। ਸੋ ਬਿਲਕੁਲ ਜੀ, ਜਿਹੜਾ ਆਸਟ੍ਰੇਲੀਆ ਦਾ ਕਿਹਾ ਜਾ ਰਿਹਾ ਬੱਚਿਆਂ ਨੂੰ ਕਿ ਨਹੀਂ ਵੀਜ਼ੇ ਬੰਦ ਹੋ ਗਏ ਜਾਂ ਰੂਲ ਰੈਗੂਲੇਸ਼ਨ ਜਿਹੜੇ ਕਾਫੀ ਜ਼ਿਆਦਾ ਸਟ੍ਰਿਕਟ ਹੋ ਗਏ ਨੇ, ਇੱਦਾਂ ਬਿਲਕੁਲ ਨਹੀਂ ਹੈਗਾ। ਤੁਸੀਂ ਇੱਕ ਵਾਰੀ ਜ਼ਰੂਰ ਪਹੁੰਚੋ ਐਜੂਕੇਸ਼ਨ ਐਬਰੋਡ ਦੇ ਆਫਿਸ ਦੇ ਵਿੱਚ। ਕਈ ਵਾਰੀ ਇਹ ਹੋ ਜਾਂਦਾ ਕਿ ਕਿਸੇ ਹੋਰ ਕੰਪਨੀ ਨੇ ਕਿਸੇ ਹੋਰ ਕੰਟਰੀ ਨੂੰ ਜ਼ਿਆਦਾ, ਉਹਨਾਂ ਨੂੰ ਲੱਗਦਾ ਕਿ ਇੱਥੇ ਸਾਨੂੰ ਜ਼ਿਆਦਾ ਫਾਇਦਾ, ਉਹਨੂੰ ਅਸੀਂ ਜ਼ਿਆਦਾ ਜਿਹੜਾ ਉਹਦੀ ਜ਼ਿਆਦਾ। ਮੈਂ ਇੱਥੇ ਦੱਸਣਾ ਚਾਹੂੰਗਾ ਕਿ ਜਿਵੇਂ ਅੱਜ ਤੋਂ ਆਪਾਂ ਜੇ 4-5 ਸਾਲ ਪਹਿਲਾਂ ਦੀ ਗੱਲ ਕਰੀਏ, 6 ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਮੈਕਸਿਮਮ ਕੰਸਲਟੈਂਟ ਦੇ ਜਿਹੜੇ ਬੋਰਡ ਹੁੰਦੇ ਸੀ ਉਹ ਯੂਕੇ ਦੇ ਹੁੰਦੇ ਸੀ। ਉਸ ਤੋਂ ਬਾਅਦ ਸਮਾਂ ਚੇਂਜ ਹੋਇਆ, ਯੂਕੇ ਵਿੱਚ ਕਾਫੀ ਕਾਲਜ ਬਲੈਕਲਿਸਟ ਹੋਏ, ਜਿਹੜੇ ਬੋਰਡ ਸੀ ਉਹ ਜਦੋਂ SPP ਕੈਨੇਡਾ ਸੀ ਕੈਨੇਡਾ ਦੇ ਲੈ ਕੇ ਚੱਲ ਗਏ। ਹੁਣ ਜਿਹੜਾ ਸਮਾਂ ਇੱਕ ਇਹੋ ਜਿਹਾ ਆਇਆ ਸੀ ਕਿ ਹਰੇਕ ਕੰਸਲਟੈਂਟ ਆਸਟ੍ਰੇਲੀਆ ਪ੍ਰਮੋਟ ਕਰ ਰਿਹਾ ਸੀ, ਪੈਕੇਜ ਪ੍ਰਮੋਟ ਹੋ ਰਹੇ ਸੀ। ਹੁਣ ਅੱਜ ਦੀ ਡੇਟ ਦੇ ਵਿੱਚ ਪੈਕੇਜ ਵਾਲੇ ਕੰਸਲਟੈਂਟ ਸਾਰੇ ਗੈਬ ਨੇ, ਤੁਹਾਡਾ ਜਿਹੜਾ ਵੀਜ਼ਾ 15 ਦਿਨ 'ਚ ਲੈ ਕੇ ਦੇਣ ਵਾਲੇ ਗੈਬ ਨੇ, ਤੁਹਾਨੂੰ 1 ਦਿਨ 'ਚ COE ਦੇਣ ਵਾਲੇ ਕੰਸਲਟੈਂਟ ਸਾਰੇ ਗੈਬ ਨੇ, ਕਿਉਂਕਿ ਕਿਤੇ ਨਾ ਕਿਤੇ ਉਹ ਇੱਕ ਇੱਦਾਂ ਦੇ ਲੈਵਲ 3 ਦੇ ਕਾਲਜ ਸੀ, ਛੋਟੇ ਮੋਟੇ ਕਾਲਜ ਸੀ ਜਿਨ੍ਹਾਂ ਨੂੰ ਪ੍ਰਮੋਟ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚ ਸਸਤੀਆਂ ਫੀਸਾਂ ਸੀ, ਘੱਟ ਫੀਸਾਂ ਸੀ, ਘੱਟ ਫੀਸਾਂ ਪੇ ਕਰਕੇ ਏਜੰਟਸ ਮਹਿੰਗੇ ਬੱਚਿਆਂ ਦਾ ਪੈਕੇਜ ਕਰ ਰਹੇ ਸੀ। ਪੈਸੇ ਕਮਾਉਣ ਦੇ ਲਾਲਚ ਕਿਸੇ ਨਾ ਕਿਤੇ ਮਾੜੇ ਕਾਲਜਸ ਨੂੰ ਪ੍ਰਮੋਟ ਕੀਤਾ ਗਿਆ, ਮਾੜੀਆਂ ਯੂਨੀਵਰਸਿਟੀਜ਼ ਨੂੰ ਪ੍ਰਮੋਟ ਕੀਤਾ ਗਿਆ, ਬੱਚਿਆਂ ਦੇ ਭਵਿੱਖ ਨਾਲ ਖੇਡਿਆ ਗਿਆ। ਇਸ ਕਰਕੇ ਕਾਫੀ ਬੱਚਿਆਂ ਦੇ ਰਿਫਿਊਜ਼ਲ ਵੀ ਆਈਆਂ, ਚਾਹੇ ਡਿਪਲੋਮਾ ਦੇ ਵਿੱਚ ਜਾਂ ਡਿਗਰੀ ਵਿੱਚ ਵੀ। ਮੈਂ ਦੱਸਣਾ ਚਾਹੂੰਗਾ ਕਿ ਪੈਕੇਜ ਦੇ ਵਿੱਚ ਕਾਫੀ ਬੱਚਿਆਂ ਦੇ ਜਿਹੜੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਕੋਈ ਵੀ ਬੱਚਾ ਜਿਹੜਾ ਜੈਨੂਇਨ ਜਿਹੜੇ ਬੱਚੇ ਦੇ 60% ਨੰਬਰ ਹੈਗੇ ਨੇ, ਜਿਵੇਂ ਪਹਿਲਾਂ ਬੱਚੇ ਦੇ ਕ੍ਰਾਈਟੀਰੀਆ ਦੱਸਿਆ, ਜੇ ਉਹ ਬੱਚਾ ਅਪਲਾਈ ਕਰਨਾ ਚਾਹੁੰਦਾ, ਤੁਸੀਂ ਕਦੇ ਵੀ 2-4 ਲੱਖ ਦੇ ਪਿੱਛੇ ਨਾ ਪਿਆ ਕਰੋ ਕਿ ਤੁਹਾਨੂੰ ਸਾਰੇ ਪੈਸੇ ਸਾਡੇ ਆਫਟਰ ਵੀਜ਼ਾ ਹੋ ਜਾਣਗੇ ਜਾਂ ਤੁਹਾਨੂੰ ਪਹਿਲਾਂ ਕੁਝ ਪੇ ਨਹੀਂ ਕਰਨਾ ਪੈ ਰਿਹਾ। ਇਸ ਚੱਕਰ ਤੁਸੀਂ ਮਾੜੇ ਕਾਲਜ ਜਾਂ ਮਾੜੀ ਯੂਨੀਵਰਸਿਟੀ ਚੂਜ਼ ਕਰਕੇ ਆਪਣਾ ਰਿਜੈਕਸ਼ਨ ਲਵਾ ਲੈਂਦੇ ਹੋ, ਆਪਣਾ ਜਿਹੜਾ ਫਿਊਚਰ ਖਰਾਬ ਕਰ ਲੈਂਦੇ ਹੋ। ਕਦੇ ਵੀ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰਨਾ ਚਾਹੁੰਦੇ, ਕਦੇ ਵੀ ਇਹ ਨਾ ਸੋਚੋ ਕਿ ਤੁਸੀਂ ਪੈਸੇ ਬਾਅਦ 'ਚ ਦਿਓਗੇ ਤੁਹਾਨੂੰ ਬੈਨੀਫਿਟ ਹੋਊਗਾ। ਹਾਂ, ਜੇਕਰ ਤੁਸੀਂ ਸਿੰਗਾਪੁਰ ਜਾ ਰਹੇ ਹੋ, ਸਾਈਪ੍ਰਸ ਜਾ ਰਹੇ ਹੋ, ਉਹਨਾਂ ਦੇ ਵਿੱਚ ਕਾਲਜ ਦੀ ਫੀਸ ਹੀ ਆਫਟਰ ਵੀਜ਼ਾ ਤੁਹਾਡੇ ਕੋਲ ਆਪਸ਼ਨ ਹੈਗੀ ਹੈ। ਪਰ ਜੇ ਆਪਾਂ ਆਸਟ੍ਰੇਲੀਆ ਜਾ ਰਹੇ ਹਾਂ, ਯੂਕੇ ਜਾ ਰਹੇ ਹਾਂ, ਕੈਨੇਡਾ ਜਾ ਰਹੇ ਹਾਂ, ਬੱਚੇ ਨੂੰ 1 ਸਾਲ ਜਾਂ 6 ਮਹੀਨੇ ਦੀ ਫੀਸ ਪਹਿਲਾਂ ਪੇ ਕਰਨੀ ਪੈਣੀ ਹੈ, ਬੱਚੇ ਨੂੰ ਆਪਣੀ ਐਮਬੈਸੀ ਫੀਸ ਪਹਿਲਾਂ ਦੇਣੀ ਪੈਣੀ ਹੈ, COE ਚਾਰਜ ਜਾਂ LOA ਚਾਰਜ ਜਿਹੜੇ ਹੈਗੇ ਨੇ ਬੱਚੇ ਨੂੰ ਦੇਣੇ ਪੈਣੇ ਆ, ਤਾਂ ਹੀ ਜਿਹੜਾ ਤੁਹਾਡਾ ਸਕਸੈਸ ਰੇਟ ਹੈ ਕਿਤੇ ਨਾ ਕਿਤੇ ਵਧੀਆ ਰਹੂਗਾ, ਤਾਂ ਹੀ ਤੁਸੀਂ ਵੀਜ਼ੇ ਲੈ ਸਕਦੇ ਹੋ। ਜੇ ਤੁਸੀਂ ਸੋਚੋਗੇ ਸਾਰੇ ਪੈਸੇ ਆਫਟਰ ਵੀਜ਼ਾ ਦੇਣੇ ਨੇ, ਬੱਚੇ ਮੈਮ ਇੱਥੋਂ ਤੱਕ ਤਿਆਰ ਹੁੰਦੇ ਨੇ ਕਿ ਅਸੀਂ ਆਫਟਰ ਵੀਜ਼ਾ ਪੇ ਕਰਨੇ ਆ, ਚਾਹੇ ਸਾਡੇ ਤੋਂ 5 ਲੱਖ ਰੁਪਏ ਐਕਸਟਰਾ ਲੈ ਲਓ। ਇਸ ਚੱਕਰ ਦੇ ਵਿੱਚ ਬੱਚੇ ਆਪਣਾ ਫਿਊਚਰ ਖਰਾਬ ਕਰ ਰਹੇ ਨੇ, ਬੱਚੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ। 4-4, 5-5 ਰਿਫਿਊਜ਼ਲ ਵੀ ਬੱਚੇ ਕੈਨੇਡਾ ਦੇ ਲੈ ਕੇ ਸਾਡੇ ਕੋਲ ਆ ਰਹੇ ਨੇ ਕਿ ਸਾਡਾ ਹੁਣ ਚਾਹੇ ਸਾਡੇ ਕੋਲ 5 ਲੱਖ ਰੁਪਏ ਪਹਿਲਾਂ ਵੀ ਐਕਸਟਰਾ ਲੈ ਲਓ, ਪਰ ਸਾਡਾ ਵੀਜ਼ਾ ਲਵਾ ਦਿਓ, ਕਿਉਂਕਿ ਕਈ ਵਾਰੀ ਚੀਜ਼ਾਂ ਇਹੋ ਜਿਹੇ ਹੋ ਜਾਣਗੇ, ਇੰਪੋਸੀਬਲ ਚੀਜ਼ਾਂ ਹੋ ਜਾਂਦੀਆਂ ਨੇ ਕਿ ਜਦੋਂ ਬੱਚੇ ਦੇ ਰਿਫਿਊਜ਼ਲ ਦਿੰਦੀਆਂ ਜ਼ਿਆਦਾ ਹੋ ਜਾਂਦੀਆਂ ਨੇ, ਤਾਂ ਸਟੂਡੈਂਟ ਕੋਲ ਕੋਈ ਆਪਸ਼ਨ ਨਹੀਂ ਰਹਿੰਦੀ ਫਿਰ ਸਿੰਗਾਪੁਰ ਜਾਂ ਸਾਈਪ੍ਰਸ ਕੰਟਰੀ ਚੂਜ਼ ਕਰਨ ਦੇ ਲਈ। ਬਿਲਕੁਲ ਜੀ, ਹਮੇਸ਼ਾ ਜਿਹੜਾ ਕਿਤੇ ਨਾ ਕਿਤੇ ਦੂਸਰੀਆਂ ਕੰਟਰੀਆਂ ਨੂੰ ਪ੍ਰਮੋਟ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਤੁਹਾਨੂੰ ਕਹਿ ਦਿੱਤਾ ਜਾਂਦਾ ਕਿ ਇਹ ਆਸਟ੍ਰੇਲੀਆ ਦੇ ਜੀ ਵੀਜ਼ੇ ਬੰਦ ਹੋ ਗਏ ਨੇ, ਸੋ ਕਲੀਅਰ ਕਰ ਦਿੱਤਾ ਗਿਆ ਆਸਟ੍ਰੇਲੀਆ ਦੇ ਵਿੱਚ ਵੀਜ਼ੇ ਲੱਗ ਰਹੇ ਨੇ, ਪਰ ਗੱਲ ਕੀ ਹੈ ਕਿ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਕਿ ਨਹੀਂ ਬਣਦੀ ਹੈਗੀ। ਅੱਛੇ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਹਮੇਸ਼ਾ ਜਾਇਆ ਕਰੋ।
ਉਹ ਉੱਤੇ ਡਿਪੈਂਡ ਕਰਦਾ ਕਿ ਹੁਣ ਆਉਣ ਵਾਲੇ ਜਿਹੜੇ 3-4 ਸਾਲ ਦੀ ਜਿੰਨੇ ਦੀ ਵੀ ਤੁਹਾਡੀ ਸਟੱਡੀ ਆ ਉਹ ਤੁਸੀਂ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸੋ ਥੈਂਕ ਯੂ ਸੋ ਮੱਚ ਸਰ, ਤੁਸੀਂ ਟਾਈਮ ਕੱਢ ਕੇ ਆਉਂਦੇ ਹੋ ਅਤੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾਈ। ਥੈਂਕ ਯੂ। ਸੋ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਕਹਾਂਗੀ ਕਿ ਨੰਬਰ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹ ਨੰਬਰ ਨੋਟ ਕਰ ਲਓ, ਇਹਨਾਂ ਨੰਬਰ 'ਤੇ ਕਾਲ ਕਰਨੀ ਹੈਗੀ ਹੈ ਅਤੇ ਆਫਿਸ ਦੇ ਵਿੱਚ ਵਿਜ਼ਿਟ ਆਪਣੇ ਪੇਰੈਂਟਸ ਨੂੰ ਲੈ ਕੇ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ।